ਚੜ ਪੀਂਗ ਦੇ ਹੁਲਾਰੇ ਨਾਲ ਗਾਵਾਂ, ਚੜ ਪੀਂਗ ਦੇ ਹੁਲਾਰੇ ਨਾਲ ਗਾਵਾਂ, ਇੱਕ ਵਾਰੀ ਆ ਜਹਾਨੀਆਂ ਕੇ ਇੱਕ ਵਾਰੀ ਆ ਜਹਾਨੀਆਂ, ਤੈਨੂੰ ਪਿਆਰ ਨਾਲ ਤੋੜ ਨਿਭਾਵਾਂ, ਇੱਕ ਵਾਰੀ ਆ ਜਹਾਨੀਆਂ ਕੇ ਇੱਕ ਵਾਰੀ ਆ ਜਹਾਨੀਆਂ। ਜੀ ਹਾਂ ਦੋਸਤੋ, ਤੁਸੀਂ ਕਾਂਸ਼ੀ ਟੀ ਵੀ ਦੇ ਹਾਣੀ ਔਰ ਸਾਡੇ ਕੋਲ ਵੀ ਹਾਣੀ ਆ ਜਾਂਦੇ ਹੈ। ਹੁਣ ਪਤਾ ਕਿ ਆਪਣੇ ਸਿਤਾਰੇ ਪ੍ਰੋਗਰਾਮ ਦੇ ਵਿੱਚ ਹਾਣੀ ਨਾ ਹੋਣ, ਸਾਡੇ ਸਿੰਗਰ ਨਾ ਹੋਣ, ਕਲਾਕਾਰ ਨਾ ਹੋਣ, ਤਾਂ ਇਹ ਪ੍ਰੋਗਰਾਮ ਦਾ ਮਜ਼ਾ ਹੀ ਨਹੀਂ ਆਉਂਦਾ। ਸੋ ਕਬੂਲ ਕਰੋ, ਸਵੀਕਾਰ ਕਰੋ, ਜਗਦੀਪ ਵੱਲੋਂ ਗੁੱਡ ਈਵਨਿੰਗ, ਨਮਸਤੇ, ਸਲਾਮ ਅਲੈਕਮ, ਅਤੇ ਆਪਣੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਗੁਰਦੇਵ। ਹੋਰ ਸੁਣਿਓ ਕੀ ਹਾਲ ਚਾਲ, ਇਸ ਪ੍ਰੋਗਰਾਮ ਤੁਹਾਡਾ ਨਿੱਘਾ ਜਿਹਾ ਸਵਾਗਤ ਕਰਦੇ ਹਾਂ। ਸਭ ਨੂੰ ਹੀ ਜੀ ਆਇਆਂ ਆਖਦੇ ਹਾਂ, ਜੀ ਸਦਕੇ ਜੀ ਵਾਰੀ ਜਨਾਬ, ਜਿੱਥੇ ਵੀ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ, ਕਾਂਸ਼ੀ ਟੀ ਵੀ ਦੇਖ ਰਹੇ ਹੋ ਚੈਨਲ 765 'ਤੇ, ਜਿਹੜੇ ਦੇਸ਼ ਵਿੱਚ ਦੇਖ ਰਹੇ ਹੋ, ਜਿਹੜੇ ਵਿਦੇਸ਼ ਵਿੱਚ ਦੇਖ ਰਹੇ ਹੋ, ਤੁਹਾਡਾ ਸਭ ਦਾ ਹੀ ਸਵਾਗਤ ਕਰਦੇ ਹਾਂ। ਜੋ ਅੱਜ ਮੇਰੇ ਕੋਲ ਕਲਾਕਾਰ ਆਇਆ, ਉਸਦੀ ਮੈਂ ਕੀ ਤਾਰੀਫ ਕਰਾਂ, ਤਾਰੀਫ ਕਰੂੰ ਕਿਆ ਉਨਕੀ ਜਿਸਨੇ ਉਸਕੇ ਗਲੇ ਕੋ ਬਣਾਇਆ। ਹੀ ਇਜ਼ ਸੋ ਗ੍ਰੇਟ, ਹੀ ਇਜ਼ ਗੋਟ ਬਿਊਟੀਫੁਲ ਵੋਇਸ, ਹੀ ਇਜ਼ ਮਾਰਵਲੈਸ, ਹੀ ਇਜ਼ ਵੰਡਰਫੁਲ ਪਰਸਨ, ਵਨ ਐਂਡ ਦਾ ਓਨਲੀ, ਜਿਨ੍ਹਾਂ ਦੇ ਪਹਿਲਾਂ ਵੀ ਤੁਸੀਂ ਆਵਾਜ਼ਾਂ ਸੁਣ ਚੁੱਕੇ ਹੋ, ਸਾਡੇ ਅਮਿਤ ਅਨਵਰ ਜੀ ਦਾ ਸਵਾਗਤ ਕਰਾਂਗੇ। ਵੈਲਕਮ ਟੂ ਦਾ ਸ਼ੋਅ ਜੀ। ਥੈਂਕ ਯੂ ਜਗਦੀਪ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਾਂਸ਼ੀ ਟੀ ਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਵਧੀਆ। ਦੁਬਾਰਾ ਦਰਸ਼ਨ ਹੋ ਹੀ ਗਏ ਫਿਰ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਦੈਟਸ ਨਾਈਸ। ਤੀਸਰੀ ਵਾਰ ਕਾਂਸ਼ੀ ਟੀਵੀ ਦੇ ਸਟੂਡੀਓ ਦੇਖ ਲਿਆ ਮੈਂ, ਤੇ ਤੁਹਾਡੀ ਅੱਛਾ ਲੱਗਦਾ ਨਾ? ਤੁਹਾਡਾ ਧੰਨਵਾਦ ਬਹੁਤ। ਨਹੀਂ ਨਹੀਂ, ਮੇਰਾ ਧੰਨਵਾਦ ਕਿ ਤੁਸੀਂ, ਸਾਡੇ ਜਿਹੜੇ ਦਰਸ਼ਕ ਹੈ ਉਹ ਬਾਰ ਬਾਰ ਪੁੱਛਦੇ ਸੀਗੇ ਕਿ ਅਮਿਤ ਨੇ ਕਦੋਂ ਆਉਣਾ, ਜਿਹਦੀ ਅਮਿਤ ਨੇ ਕਦੋਂ ਆਉਣਾ, ਤੇ ਮੈਂ ਕਿਹਾ ਜੀ ਅਮਿਤ ਜੀ ਆ ਗਏ ਨੇ, ਮੈਂ ਤਾਂ ਪਤਾ ਵੀ ਨਹੀਂ ਸੀਗਾ। ਹਾਂਜੀ, ਮੈਨੂੰ ਇੱਕ ਹਫ਼ਤਾ, ਕੱਲ੍ਹ ਨੂੰ ਇੱਕ ਹਫ਼ਤਾ ਹੋ ਜਾਣਾ। ਹਾਂ, ਤੇ ਤੁਸੀਂ ਦੱਸਿਆ ਵੀ ਨਹੀਂ ਸੀ? ਨਹੀਂ, ਮੈਂ ਕੀਤਾ ਕਾਲ ਤੁਹਾਨੂੰ, ਮੈਂ ਪਹਿਲਾਂ ਤੁਹਾਨੂੰ ਹੀ ਫੋਨ ਕੀਤਾ। ਪਤਾ ਕੀ ਹੈ, ਕਈ ਵਾਰੀ ਇੰਨੇ ਫੋਨ ਆ ਜਾਂਦੇ ਨੇ, ਉਹ ਮਿਸ ਕਾਲਸ ਨੀਚੇ ਨੀਚੇ ਜਾਂਦੇ ਨੇ, ਪਤਾ ਵੀ ਨਹੀਂ ਲੱਗਦਾ। ਹਾਂਜੀ ਹਾਂਜੀ, ਬਿਜ਼ੀ ਫਿਰ ਤੁਸੀਂ, ਬਿਜ਼ੀ ਹੁੰਦੇ ਹੋ ਮੈਨੂੰ ਪਤਾ। ਬਿਜ਼ੀ ਥੋੜ੍ਹੇ ਨਹੀਂ ਜੀ, ਮੈਂ ਹੁਣੇ ਅੱਜ ਕਿਸੇ ਨਾਲ ਗੱਲ ਕਰ ਰਹੀ ਸੀਗੀ ਕਿ ਵੀ 7 ਡੇਜ਼ ਇਜ਼ ਸੋ ਮੱਚ ਬਿਜ਼ੀ ਜੀ ਜੀ, ਯੂ ਨੋ, ਕਦੇ ਰੇਡੀਓ, ਕਦੇ ਟੈਲੀਵਿਜ਼ਨ, ਕਦੇ ਜੋਬ 'ਤੇ, ਅਤੇ ਕਈ ਕਹਿਣਗੇ ਤੂੰ ਹੁਣ ਹੋਸਟਿੰਗ ਇੰਨੀ ਕਿਉਂ ਨਹੀਂ ਕਰਦੀ, ਮੈਂ ਕਿਹਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ, ਮੈਨੂੰ ਮਨਾ ਕਰਨਾ ਪੈਂਦਾ ਕਿ ਨਹੀਂ ਮੈਂ ਇੰਨੇ ਪ੍ਰੋਗਰਾਮ ਨਹੀਂ ਹੋਸਟ ਕਰ ਸਕੀ, ਕਿਤੇ ਕਿਤੇ ਮੈਂ ਕਰਦੀ। ਹਾਂਜੀ, ਪਰ ਆਡੀਅੰਸ ਤੁਹਾਨੂੰ ਦੇਖਣਾ ਪਸੰਦ ਕਰਦੀ ਹੈ, ਤੁਹਾਨੂੰ ਸੁਣਨਾ ਪਸੰਦ ਕਰਦੀ ਹੈ। ਮੈਂ ਜਿੱਦਾਂ ਮਾੜਾ ਮੋਟਾ ਤੁਰਦਾ ਫਿਰਦਾ ਰਹਿੰਦਾ ਨਾ ਇੱਥੇ, ਕਦੇ ਸਾਰੇ ਆਪਣੇ ਵਾਕਫ ਹੈ ਉਹਨਾਂ ਦੇ ਘਰੇ ਜਾਈਦਾ, ਤਾਂ ਤੁਹਾਡੀ ਗੱਲ ਜ਼ਰੂਰ ਹੁੰਦੀ ਹੈ ਪ੍ਰੋਗਰਾਮ ਬਹੁਤ ਕਮਾਲ ਦਾ, ਤੁਹਾਨੂੰ ਲਾਈਕ ਕਰਦੇ ਲੋਕ, ਮੈਨੂੰ ਬਹੁਤ ਚੰਗਾ ਲੱਗਦਾ ਵੀ ਚਲੋ ਤੁਸੀਂ ਮੈਨੂੰ ਯਾਦ ਕਰਦੇ ਹੋ, ਇੱਥੇ ਸਟੂਡੀਓ ਬੁਲਾਉਂਦੇ ਹੋ, ਮਾਣ ਸਤਿਕਾਰ ਦਿੰਦੇ ਹੋ ਤੁਹਾਡਾ। ਬਿਲਕੁਲ, ਚਲੋ ਤੁਸੀਂ ਸਾਡਾ ਨਾਮ ਸੁਣਦੇ, ਅਸੀਂ ਤੁਹਾਡਾ ਨਾਮ ਸੁਣਦੇ, ਕਹਿੰਦੇ ਨਾ ਜ਼ਿਕਰ ਹੋਤਾ ਹੈ ਜਬ ਕਿਆਮਤ ਕਾ, ਤੇਰੇ ਜਲਵੋਂ ਕੀ ਬਾਤ ਹੋਤੀ। ਵਾਹ ਵਾਹ, ਕਿਆ ਬਾਤ, ਸੋ ਅੱਜ ਜਲਵਾ ਦਿਖਾਈ ਦੋ। ਹਾਂਜੀ ਹਾਂਜੀ, ਕੋਈ ਨਹੀਂ, ਤੇ ਦੋਸਤੋ ਅਸੀਂ ਕਵਾਂਗੇ ਟੂ ਸਟਾਰਟ ਵਿਦ, ਸਾਡੇ ਅਮਿਤ ਜੀ ਦੀ ਆਵਾਜ਼ ਬੜੀ ਖੂਬਸੂਰਤ ਹੈ, ਔਰ ਮੈਂ ਉਮੀਦ ਰੱਖਾਂਗੀ ਹਰ ਰੰਗ ਤੁਹਾਨੂੰ ਸੁਣਾਉਣਗੇ ਇਹ, ਚਾਹੇ ਇਹਨਾਂ ਕੋਲ ਕਵਾਲੀ ਸੁਣ ਲਓ, ਚਾਹੇ ਹਿੰਦੀ ਦਾ ਸੁਣ ਲਓ, ਚਾਹੇ ਪੰਜਾਬੀ ਦਾ ਸੁਣ ਲਓ। ਕਹਿੰਦੇ ਆਪਣੇ ਪੰਜਾਬ ਦੇ ਵਿੱਚ ਨਾ ਕਲਾਕਾਰ ਬਹੁਤ ਹੈ, ਜਿੰਨੇ ਵੀ ਹੈ ਆਪਣੇ ਆਪਣੀ ਪਸੰਦ ਦਾ ਗਾਉਂਦੇ ਹੈ, ਲੇਕਿਨ ਜੋ ਕਲਾਕਾਰਾਂ ਦਾ ਮੈਨੂੰ ਪਤਾ ਲੱਗਦਾ ਜੋ ਸਾਡੇ ਕਾਂਸ਼ੀ ਟੀ ਵੀ 'ਤੇ ਆਉਂਦੇ ਜਾਂ ਰੇਡੀਓ 'ਤੇ ਆਉਂਦੇ ਜਾਂ ਉਹਨਾਂ ਦੇ ਪ੍ਰੋਗਰਾਮ ਅਸੀਂ ਦੇਖੇ ਹੈ, ਅਤੇ ਇਹਨਾਂ ਦੀ ਨਾ ਮੈਂ ਕੀ ਗੱਲ ਕਰਾਂ ਕਿ ਮਹਿਫਿਲ ਪਿਛਲੀ ਵਾਰੀ ਲਗਾ ਕੇ ਗਏ ਸੀ,
ਉਸ ਮਹਿਫਿਲ 'ਚ ਜਿੰਨੇ ਜਣੇ ਵੀ ਆਏ ਨਾ, ਉਹ ਹਲੇ ਤੱਕ ਇਹਨਾਂ ਨੂੰ ਯਾਦ ਕਰ ਰਹੇ ਹੈ। ਸੋ ਜਸਟ ਇਮੈਜਿਨ ਕਿ ਇਹਨਾਂ ਨੇ, ਅਮਿਤ ਜੀ ਨੇ ਕਿੰਨੀ ਰੌਣਕ ਲਗਾਈ ਸੀ ਉਸ ਮਹਿਫਿਲ ਦੇ ਵਿੱਚ। ਹਾਂਜੀ, ਪਹਿਲਾਂ ਐਂ ਕਰੋ ਕੋਈ ਰੰਗ ਆਪਣਾ ਦਿਖਾਓ। ਬਿਲਕੁਲ ਜੀ, ਮੈਂ ਪਹਿਲਾਂ ਸੁਣਾਉਣਾ ਤੁਹਾਨੂੰ, ਕਿਉਂਕਿ ਜਿਸ ਸੂਬੇ ਤੋਂ ਮੈਂ ਆਇਆ, ਜਿਸ ਸ਼ਹਿਰ ਤੋਂ ਮੈਂ ਆਇਆ, ਮੈਂ ਉਹਦੀ ਗੱਲ ਪਹਿਲਾਂ ਆਪਣਾ ਸ਼ਹਿਰ ਦੱਸੇ ਦਿਓ ਪਹਿਲਾਂ ਸਾਰਿਆਂ ਨੂੰ। ਮੇਰਾ ਸ਼ਹਿਰ ਰਾਹੋਂ ਹੈ ਜੀ, ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ ਦੇ ਕੋਲੇ ਸਾਡਾ ਕਸਬਾ ਹੈ ਰਾਹੋਂ। ਨਵੇਂ ਸ਼ਹਿਰ ਤੋਂ ਤਾਂ ਇੰਨੀ ਦੁਨੀਆ ਆਈ ਹੋਈ ਹੈ, ਮੈਨੂੰ ਲੱਗਦਾ ਨਵੇਂ ਸ਼ਹਿਰ ਕੋਈ ਰਹਿੰਦਾ ਵੀ ਹੈ। ਨਹੀਂ, ਸਾਰੇ ਰਹਿੰਦੇ ਆ ਜੀ, ਤੁਸੀਂ ਕਦੇ ਆਓ, ਇੱਥੇ ਆਏ ਹੋਏ ਆ, ਮੈਂ ਕਿਹਾ ਨਵਾਂ ਸ਼ਹਿਰ ਤੋਂ ਬਹੁਤ ਦੁਨੀਆ। ਅੱਛਾ, ਤੁਸੀਂ ਕਦੇ ਆਓ ਨਵਾਂ ਸ਼ਹਿਰ, ਫਿਰ ਤੁਹਾਨੂੰ ਫਿਰ ਪੁਰਾਣਾ ਹੋ ਜਾਊਗਾ ਜੇ ਮੈਂ ਆਈ ਤਾਂ। ਨਹੀਂ ਨਹੀਂ, ਇੱਕ ਪੰਜਾਬ ਦੇ ਵਿੱਚ ਦੋ ਸ਼ਹਿਰ ਆ, ਜਿਹੜਾ ਨਵਾਂ ਸ਼ਹਿਰ ਆ ਉਹ ਕਦੇ ਪੁਰਾਣਾ ਨਹੀਂ ਹੋ ਸਕਦਾ, ਜਿਹੜਾ ਬਾਘਾ ਪੁਰਾਣਾ ਹੈ ਉਹ ਕਦੇ ਨਵਾਂ ਨਹੀਂ ਹੋ ਸਕਦਾ। ਹਾਂਜੀ, ਕੀ ਸੁਣਾਉਣਾ ਚਾਹੋਗੇ? ਮੈਂ ਸੁਣਾਉਂਗਾ ਜੀ ਕਿ ਮੈਂ ਉਸ ਪੰਜਾਬੋਂ ਆਇਆ ਹਾਂ, ਪੰਜਾਬ ਤੋਂ ਇੰਗਲੈਂਡ ਤੱਕ ਦਾ ਸਫ਼ਰ ਤੈਅ ਕਰਨ ਦੇ ਵਿੱਚ ਮੈਂ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਜੀ ਸਾਡੇ ਬਿਲ ਕੁਨਰ ਸਾਹਿਬ, ਬਿਲ ਮੀਡੀਆ ਤੋਂ, ਔਰ ਰੇਡੀਓ ਪੰਜ ਤੋਂ ਸ਼ਿੰਦਾ ਸੁਰੀਲਾ ਜੀ, ਬਹੁਤ ਸਤਿਕਾਰਯੋਗ, ਔਰ ਮੇਰੇ ਗੁਰੂ ਜੀ ਜਨਾਬ ਬਲਦੇਵ ਮਸਤਾਨਾ ਸਾਹਿਬ, ਔਰ ਨਾਲ ਦੀ ਨਾਲ ਧੰਨਵਾਦ ਬਹੁਤ ਬਹੁਤ ਕਰਨਾ ਚਾਹੁੰਦਾ ਜੀ ਸਾਡੇ ਅੰਕਲ ਜੀ T3 ਰੈਕਟਸ ਤੋਂ, ਸੋਮਨਾਥ ਥਿੰਦ ਸਾਹਿਬ ਦਾ, ਜਿਹਨਾਂ ਦੀ ਬਦੌਲਤ ਮੇਰਾ ਇੰਗਲੈਂਡ ਦਾ ਥਰਡ ਟੂਰ ਹੈ। ਇਹ ਬਹੁਤ ਵਧੀਆ, ਸਾਰੇ ਜਣੇ ਤੁਹਾਡਾ ਸਾਥ ਦਿੰਦੇ, ਬਿਲਕੁਲ, ਕਿਉਂਕਿ ਸਭ ਨੂੰ ਤੁਹਾਡੀ ਗਾਇਕੀ ਪਸੰਦ ਹੈ। ਹਾਂਜੀ, ਆਸ਼ੀਰਵਾਦ ਹੈ ਜੀ, ਗੁਰੂ ਜੀ ਦਾ ਆਸ਼ੀਰਵਾਦ ਹੈ, ਸਾਰਿਆਂ ਦਾ ਪਿਆਰ ਹੈ। ਹਾਂਜੀ, ਸੁਣਾਓ ਹੁਣ ਪਹਿਲਾਂ ਸਾਡੇ ਜਿਹੜੇ ਦਰਸ਼ਕ ਉਡੀਕ ਰਹੇ ਹੈ। ਜੀ ਜੀ ਜੀ, ਜਦੋਂ ਮਾਵਾਂ ਤੋਰਦੀਆਂ ਪੁੱਤਾਂ ਨੂੰ ਪ੍ਰਦੇਸ਼ਾਂ ਦੇ ਵਿੱਚ, ਉਸ ਵੇਲੇ ਦਾ ਜੋ ਮਾਹੌਲ ਹੁੰਦਾ ਉਹ ਕੀ ਹੈ? ਜਦ ਤੁਰਿਆ ਰਾਹ ਵਿੱਚ ਖੜੀਆਂ ਸੀ, ਪੱਖੀਆਂ ਵਿੱਚ ਸਦਰਾਂ ਬੜੀਆਂ ਸੀ, ਪਾਣੀ ਦੀਆਂ ਗੜਬੀਆਂ ਫੜੀਆਂ ਸੀ, ਉਹਨਾਂ ਸੀਸਾਂ ਤੋਂ ਰੁਸ਼ਨਾ ਆਇਆ ਹਾਂ ਜੀ, ਮੈਂ ਉਸ ਪੰਜਾਬੋਂ, ਜੀ ਮੈਂ ਉਸ ਪੰਜਾਬੋਂ ਆਇਆ ਹਾਂ। ਕੀ ਬਾਤ, ਥੈਂਕ ਯੂ, ਬਹੁਤ ਅੱਛੀ, ਥੈਂਕ ਯੂ। ਦੋਸਤੋ, ਕੋਈ ਵੀ ਪੰਜਾਬ ਤੋਂ ਆਵੇ, ਆਪਣੇ ਇੰਡੀਆ ਦੇ ਕਿਸੇ ਵੀ ਸ਼ਹਿਰ 'ਚੋਂ ਆਵੇ, ਕੋਈ ਪਾਕਿਸਤਾਨ ਤੋਂ ਆਵੇ, ਕੋਈ ਬੰਗਲਾਦੇਸ਼ ਤੋਂ ਆਵੇ, ਮਾਂ ਇੱਕੋ ਹੀ ਹੈ। ਕੋਈ ਮਾਂ ਦਾ ਹਿਰਦਾ ਐਸਾ ਨਹੀਂ ਹੋਏਗਾ ਜਿਹੜਾ ਆਪਣੇ ਪੁੱਤ ਨੂੰ ਜਦੋਂ ਕਿਤੇ ਭੇਜਦੀ ਹੈ ਨਾ ਦੂਰ, ਜਿਹੜੇ ਆਪਣੇ ਨਾ ਦਿਲ ਦੇ ਵਿੱਚ ਰੋਂਦੀ ਹੈ, ਲੇਕਿਨ ਮੂੰਹੋਂ ਨਹੀਂ ਕਹੇਗੀ। ਮੇਰੇ ਵਰਗੀ ਦਾ ਤਾਂ ਰੋਣਾ ਹੋਈ ਨਿਕਲ ਜਾਂਦਾ, ਲੇਕਿਨ ਮੂੰਹੋਂ ਨਹੀਂ ਕਹੇਗੀ, ਉਹ ਅਸੀਸਾਂ ਦੇਗੀ ਕਿ ਮੇਰਾ ਪੁੱਤ ਚੱਲਿਆ ਵਿਦੇਸ਼ ਦੇ ਵਿੱਚ, ਇਹ ਤਰੱਕੀਆਂ ਕਰੇ, ਇਹ ਬਹੁਤ ਕੁਛ
ਜੋ ਇਹਦੇ ਦਿਲ ਦੀ ਤਮੰਨਾ ਪੂਰੀ ਹੋਵੇ, ਆਰਜ਼ੂ ਪੂਰੀ ਹੋਵੇ। ਇਹ ਮਾਵਾਂ ਦਾ ਦਿਲ ਹੀ ਐਸਾ ਹੁੰਦਾ। ਇਹ ਨਹੀਂ ਕਿ ਪਿਓ ਦਾ ਦਿਲ ਨਹੀਂ ਹੁੰਦਾ, ਪਿਓ ਕਦੇ ਜਿਤਾਊਗਾ ਨਹੀਂ, ਪਿਓ ਦੀਆਂ ਸਧਰਾਂ ਵੀ ਉਹੀ ਹੁੰਦੀਆਂ। ਆਪਣੀ ਸਧਰਾਂ ਨੂੰ ਨਾ ਆਪਣੇ ਵਿੱਚ ਸਮੋ ਲੈਂਦਾ ਉਹ। ਸੋ ਅਸੀਂ ਹਰੇਕ ਲਈ ਅਰਦਾਸ ਕਰਦੇ ਹਾਂ ਉੱਪਰ ਵਾਲੇ ਅੱਗੇ ਕਿ ਜਿਹਦਾ ਪੁੱਤ ਵੀ ਆਇਆ ਵਿਦੇਸ਼ ਦੇ ਵਿੱਚ, ਖੁਸ਼ੀਆਂ ਲੈ ਕੇ ਜਾਵੇ, ਖੁਸ਼ੀਆਂ ਦੇ ਨਾਲ ਉਹਨਾਂ ਦੀਆਂ ਝੋਲੀਆਂ ਭਰੇ, ਜੋ ਮਾਵਾਂ ਨੂੰ ਉਮੀਦ ਹੈ, ਜੋ ਉਹਨਾਂ ਦੇ ਪਿਓ ਨੂੰ ਉਮੀਦ ਹੈ। ਲੇਕਿਨ ਇਹਨਾਂ ਕੋਲੋਂ ਤਾਂ ਅਸੀਂ ਵੀ ਉਮੀਦ ਬਹੁਤ ਰੱਖਦੇ ਹਾਂ, ਤੁਸੀਂ ਵੀ ਰੱਖਦੇ ਹੋ। ਅਸੀਂ ਵੀ ਇਹੀ ਇਹਨਾਂ ਦੀ ਇਹਨਾਂ ਨੂੰ ਦੁਆਵਾਂ ਦਿੰਦੇ ਹਾਂ ਕਿ ਆਪਣੇ ਜੋ ਮੁਕਾਮ 'ਚ ਪਹੁੰਚਣਾ ਚਾਹੁੰਦੇ ਉੱਥੇ ਪਹੁੰਚਣ। ਤਰੱਕੀਆਂ ਕਰੋ ਜੀ, ਦਿਨ ਰਾਤ। ਥੈਂਕ ਯੂ, ਤੁਹਾਡੀਆਂ ਦੁਆਵਾਂ ਜ਼ਰੂਰ ਅਸਰ ਕਰੂਗੀਆਂ। ਬਹੁਤ ਬਹੁਤ ਸ਼ੁਕਰੀਆ ਦੁਆਵਾਂ। ਪਰ ਹੁਣ ਮਾਂ ਬਾਪ ਦੇ ਨਾ ਹੋਰ ਨਾ ਸੁਣਾ, ਫਿਰ ਮੈਂ ਰੋਕੂੰਗੀ। ਠੀਕ ਹੈ ਜੀ। ਹਾਂਜੀ, ਕੀ ਸੁਣਾਉਣਾ ਚਾਹੋਗੇ? ਇੱਕ ਗੀਤ ਮੈਂ ਰਿਲੀਜ਼ ਕੀਤਾ ਸੀ ਪਿਛਲੇ ਸਾਲ, ਸਾਬੀ ਚਾਲ ਜੀ ਦਾ ਲਿਖਿਆ ਔਰ ਮਿਊਜ਼ਿਕ ਕੀਤਾ ਸੀ ਜਲੰਧਰ ਤੋਂ ਸਾਡੇ ਵੱਡੇ ਭਾਅ ਜੀ ਸਾਰੰਗ ਵਿੱਕੀ ਸਾਹਿਬ। ਰਿਲੀਜ਼ ਕੀਤਾ ਗਿਆ ਸੀ ਮਿਊਜ਼ਿਕ ਮਾਈਂਡਸ ਕੰਪਨੀ ਤੋਂ ਬਿਲ ਕੁੰਨਰ ਸਾਹਿਬ ਦੇ ਵੱਲੋਂ। ਅਤੇ ਉਹ ਗੀਤ ਪ੍ਰਦੇਸ਼ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਭੈਣ ਭਰਾ ਸਾਰੇ, ਉਹਨਾਂ ਨੂੰ ਬਹੁਤ ਤਾਂਘ ਰਹਿੰਦੀ ਹੈ ਪੰਜਾਬ ਦੀ, ਅਤੇ ਉਸ ਸਿਚੁਏਸ਼ਨ ਦੇ ਉੱਪਰ ਗੀਤ ਸੀ। ਬਹੁਤ ਪਿਆਰ ਦਿੱਤਾ ਗਿਆ ਸਾਰਿਆਂ ਨੂੰ। ਹਾਂਜੀ ਹਾਂਜੀ, ਸ਼ਾਇਦ ਤੁਹਾਡੇ ਦਿਲ ਦੀ ਵੀ ਗੱਲ ਹੋਊਗੀ। ਮੇਰੇ ਦਿਲ ਦੀਆਂ ਤਾਂ ਬਹੁਤ ਗੱਲਾਂ। ਦਿਲ ਕਰਦਾ ਮੇਰਾ ਬਰਮਿੰਗਮ ਤੋਂ ਮੈਂ ਸਿੱਧਾ ਅੰਮ੍ਰਿਤਸਰ ਜਾਵਾਂ। ਦਿਲ ਕਰਦਾ ਮੇਰਾ ਬਰਮਿੰਗਮ ਤੋਂ ਮੈਂ ਸਿੱਧਾ ਅੰਮ੍ਰਿਤਸਰ ਜਾਵਾਂ। ਗੁਰੂਆਂ ਦੇ ਘਰ ਟੇਕ ਕੇ ਮੱਥਾ ਫਿਰ ਮੈਂ ਆਪਣੇ ਘਰ ਜਾਵਾਂ। ਦਿਲ ਕਰਦਾ ਮੇਰਾ ਬਰਮਿੰਗਮ ਤੋਂ ਮੈਂ ਸਿੱਧਾ ਅੰਮ੍ਰਿਤਸਰ ਜਾਵਾਂ। ਰੋਟੀ ਹੋਵੇ ਮੱਕੀ ਦੀ ਤੇ ਧੁੱਪੇ ਮੰਜਾ ਡਾਇਆ ਹੋਵੇ। ਵਿਹੜੇ ਵਿੱਚ ਮਾਂ ਬੈਠੀ ਹੋਵੇ ਜਦ ਮੈਂ ਆਪਣੇ ਦਰ ਜਾਵਾਂ। ਦਿਲ ਕਰਦਾ ਮੇਰਾ ਬਰਮਿੰਗਮ ਤੋਂ ਮੈਂ ਸਿੱਧਾ ਅੰਮ੍ਰਿਤਸਰ ਜਾਵਾਂ। ਬਹੁਤ ਅੱਛੀ। ਸਾਗ ਦੀ ਗੱਲ ਕੀਤੀ, ਮੱਕੀ ਦੀ ਰੋਟੀ ਦੀ ਗੱਲ ਕੀਤੀ, ਨਾਲ ਮੂਲੀ ਹੋਵੇ, ਹਾਏ ਹਾਏ। ਔਰ ਉੱਥੇ ਨਾ ਜਦੋਂ ਅਸੀਂ ਜਾਂਦੇ ਸੀ ਆਪਣੀ ਮਾਂ ਕੋਲ ਨਾ, ਤਾਂ ਸਾਡੇ ਕੋਠੀ ਦੇ ਬਾਹਰ ਨਾ ਬਰਾਂਡਾ ਬਹੁਤ ਵੱਡਾ, ਤਾਂ ਉੱਥੇ ਵੀ ਇੱਕ ਡਾਇਨਿੰਗ ਰੱਖਿਆ ਹੋਇਆ ਉਹਨਾਂ ਨੇ, ਅਤੇ ਧੁੱਪ 'ਚ ਬੈਠ ਕੇ ਜਦੋਂ ਖਾਣਾ ਨਾ, ਵਾਹ ਵਾਹ ਵਾਹ, ਇੰਝ ਹੁੰਦਾ ਸੀ ਹਾਏ ਦੁਬਾਰਾ ਇੰਗਲੈਂਡ ਵਾਪਿਸ ਜਾਵਾਂ ਹੀ। ਹਾਂਜੀ, ਪੰਜਾਬ ਦਾ ਜਿਹੜਾ ਕਲਚਰ ਹੈ, ਸੱਭਿਆਚਾਰ ਹੈ, ਬਹੁਤ ਅਮੀਰ ਆ, ਪਰ ਲੋਕ ਭੁੱਲਦੇ ਜਾ ਰਹੇ ਨੇ। ਪਰ ਸਾਂਭਣਾ ਚਾਹੀਦਾ ਜਿੰਨਾ ਕੁ ਵੀ ਹੋ ਸਕਦਾ, ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਪਤਾ ਕੀ, ਭੁੱਲਦੇ ਨਹੀਂ ਜਾ ਰਹੇ, ਜਿਹੜਾ ਇੰਡੀਆ ਤੋਂ ਆਇਆ ਉਹ ਵੀ ਪਛਤਾਇਆ, ਜਿਹੜਾ ਨਹੀਂ ਆਇਆ ਉਹ ਵੀ ਪਛਤਾਇਆ, ਜਿਹੜਾ ਆਉਂਦਾ ਉਹਨਾਂ ਨੂੰ ਹੁੰਦਾ ਕਿ ਅਸੀਂ ਵਾਪਿਸ ਜਾਈਏ ਵਾਪਿਸ ਜਾਈਏ। ਮੈਨੂੰ ਪਤਾ ਥੋੜ੍ਹੇ ਸਿੰਗਰ, ਫਿਰ ਜਦੋਂ ਚਲੇ ਜਾਂਦੇ ਫਿਰ ਉਹਨਾਂ ਦਾ ਵੀ ਹੁਣ ਕਦੋਂ ਆਈਏ ਕਦੋਂ ਆਈਏ, ਯੂ ਨੋ। ਇਹ ਮਿੱਠੀ ਜੀ ਜੇਲ ਹੈ, ਥੋੜ੍ਹੀ ਮਿੱਠੀ ਜੇਲ ਹੈ। ਬਾਕੀ ਦੇਖੋ ਦਾਣਾ ਪਾਣੀ ਜਦੋਂ ਕਿਸਮਤ ਦੇ ਵਿੱਚ ਜਦੋਂ ਭਾਗਾਂ 'ਚ ਹੋਣਾ। ਮੈਨੂੰ ਉਹ ਦਾਣਾ ਪਾਣੀ ਦਾ ਨਾ ਗਾਣਾ ਯਾਦ ਆ ਜਾਂਦਾ, ਮੁਹੰਮਦ ਰਫੀ ਸਾਹਿਬ ਦਾ ਆਉਂਦਾ, ਦਾਣਾ ਪਾਣੀ ਖਿੱਚ ਕੇ ਲਿਆਂਦਾ ਕੌਣ ਕਿਸੇ ਦਾ ਖਾਂਦਾ ਉਹ ਦਾਣਾ ਪਾਣੀ। ਕੀ ਬਾਤ ਹੈ, ਤੁਸੀਂ ਬਹੁਤ ਸੋਹਣਾ ਗਾਤਾ ਮੈਨੂੰ ਲੱਗਦਾ ਮੈਨੂੰ।
ਸੋਹਣਾ ਨਹੀਂ, ਮਤਲਬ ਜਿਹੜੇ ਗਾਣੇ ਨਾ ਸਾਡੇ ਅੰਦਰ ਵਸੇ ਹੋਏ, ਬਿਲਕੁਲ, ਮੁਹੰਮਦ ਰਫੀ ਸਾਹਿਬ ਦੇ, ਲਤਾ ਮੰਗੇਸ਼ਕਰ ਜੀ ਦੇ, ਸੁਰਿੰਦਰ ਕੌਰ ਜੀ ਦੇ, ਉਹ ਗਾਣਿਆਂ ਨੂੰ ਆਪਾਂ ਭੁੱਲ ਨਹੀਂ ਸਕਦੇ, ਬਿਲਕੁਲ ਨਹੀਂ ਭੁੱਲ ਸਕਦੇ, ਕਿਉਂਕਿ ਉਹਨਾਂ ਸਾਰਿਆਂ ਨੇ ਨਾ ਕਿਸੇ ਕਿਸੇ ਸਬਜੈਕਟ 'ਤੇ ਗਾਇਆ ਹੋਇਆ, ਬਿਲਕੁਲ, ਜਿਸ ਤਰ੍ਹਾਂ ਤੁਸੀਂ ਦਾਣਾ ਪਾਣੀ ਦੀ ਗੱਲ ਕੀਤੀ, ਮਤਲਬ ਇੱਕ ਇੱਕ ਸਬਜੈਕਟ 'ਤੇ ਉਹਨਾਂ ਦੇ ਗੀਤ ਹੈ ਜੀ ਜੀ। ਐਨੀਵੇ ਕੋਈ ਕਵਾਲੀ ਦੀ ਗੱਲ ਸੁਣਾਓ, ਕਵਾਲੀ ਮੈਂ ਸੁਣਾ, ਮੈਨੂੰ ਪਤਾ ਤੁਸੀਂ ਬਹੁਤ, ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ, ਨਹੀਂ ਆਉਣਾ ਮੇਰੇ ਦਿਲ ਬਰ ਮਾਹੀ, ਵੇ ਤੂੰ ਚੁੱਪ ਕਰ ਝੂਠਿਆ ਕਾਂ, ਵਾਦਾ ਜੀ, ਵੇ ਤੂੰ ਏ ਝੂਠਾ ਤੇਰੇ ਬੋਲ ਵੀ ਝੂਠੇ, ਮੈਂ ਤੈਨੂੰ ਤਾੜੀ ਮਾਰ ਉਡਾ, ਕਿਆ ਬਾਤ ਹੈ, ਜੇ ਖਬਰ ਦੇਵੇ ਉਹਦੇ ਆਵਣ ਦੀ, ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ ਤੇ ਅੱਖਾਂ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ, ਤੇ ਬੀਬਾ ਸਾਡਾ ਦਿਲ ਮੋੜ ਦੇ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ, ਤੇ ਬੀਬਾ ਸਾਡਾ ਦਿਲ ਮੋੜ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ, ਤੇ ਬੀਬਾ ਸਾਡਾ ਦਿਲ ਮੋੜ ਦੇ, ਅਸਾਂ ਨਿਤ ਦਾ ਵਿਛੋੜਾ ਨਹੀਂ ਉਹ ਸਹਿਣਾ, ਅਸਾਂ ਨਿਤ ਦਾ ਵਿਛੋੜਾ ਨਹੀਂ ਉਹ ਸਹਿਣਾ, ਤੇ ਬੀਬਾ ਸਾਡਾ ਦਿਲ ਮੋੜ ਦੇ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ, ਤੇ ਬੀਬਾ ਸਾਡਾ ਦਿਲ ਮੋੜ ਦੇ। ਜਦੋਂ ਨਾ ਮੁਹੱਬਤ ਦੇ ਵਿੱਚ ਬੰਦੇ ਨੂੰ ਧੋਖਾ ਮਿਲਦਾ, ਫਿਰ ਕੀ ਕਹਿੰਦਾ, ਮੈਂ ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ, ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ, ਰੋਲ ਬੈਠੀ ਜਿੰਦ ਵੇ ਮੈਂ, ਰੋਲ ਬੈਠੀ ਜਿੰਦ ਵੇ ਮੈਂ ਤੇਰੇ ਇਤਬਾਰ ਤੇ, ਸਾਡਾ ਨਿੱਕਾ ਜਿਹਾ ਮੰਨਣਾ ਨੀ ਕਹਿਣਾ, ਵਾਹ, ਸਾਡਾ ਨਿੱਕਾ ਜਿਹਾ ਮੰਨਣਾ ਨੀ ਕਹਿਣਾ, ਤੇ ਬੀਬਾ ਸਾਡਾ ਦਿਲ ਮੁੜ ਦੇ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ, ਤੇ ਬੀਬਾ ਸਾਡਾ ਦਿਲ ਮੋੜ ਦੇ। ਬਹੁਤ ਅੱਛੇ, ਬਹੁਤ ਅੱਛੇ। ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤਾਂ ਬੀਬਾ ਸਾਡਾ ਦਿਲ ਮੋੜ ਦੇ। ਪਿਆਰ ਮੁਹੱਬਤ ਇਸ਼ਕ ਜਿਹਨੇ ਦਿਲੋਂ ਕੀਤਾ ਹੈ ਨਾ, ਜਦੋਂ ਪਹਿਲੀ ਵਾਰ ਕੀਤਾ ਹੈ, ਉਹ ਕਦੇ ਆਪਣਾ ਦਿਲ ਮੁੜਾਉਣ ਵਾਸਤੇ ਨਹੀਂ ਕਹਿੰਦਾ। ਹਾਂ, ਜਿਨ੍ਹਾਂ ਦਾ ਪਿਆਰ ਮੁਹੱਬਤ ਇਸ਼ਕ ਨਾ ਹਰ ਵੇਲੇ ਪਿਆਰ ਰਹਿੰਦਾ, ਤੂੰ ਨਹੀਂ ਤੋ ਔਰ ਸਹੀ, ਔਰ ਨਹੀਂ ਤੋ ਔਰ ਸਹੀ, ਉਹ ਕਦੇ ਨਹੀਂ ਕਹਿੰਦਾ ਦਿਲ ਮੋੜਦੇ, ਉਹ ਪਹਿਲਾਂ ਆਪਣੇ ਆਪ ਹੀ ਮੁੜਾ ਲੈਂਦੇ, ਯੂਨੋ। ਸੋ ਸੱਚਾ ਪਿਆਰ ਕਰੋ, ਕਿਸੇ ਨਾਲ ਕਰੋ, ਦਿਲੋਂ ਕਰੋ, ਨਿਭਾਉਣ ਦਾ ਕਰੋ। ਜ਼ਰੂਰੀ ਨਹੀਂ ਪਿਆਰ ਇੱਕੋ ਤਰ੍ਹਾਂ ਦਾ ਹੁੰਦਾ, ਕੋਈ ਭੈਣ ਭਰਾ ਦਾ ਪਿਆਰ, ਕੋਈ ਮਾਂ ਨਾਲ ਪਿਆਰ, ਕੋਈ ਕਿਸੇ ਰਿਸ਼ਤੇਦਾਰ ਨਾਲ ਪਿਆਰ, ਕਿਸੇ ਯਾਰ ਨਾਲ ਪਿਆਰ। ਮੈਨੂੰ ਲੱਗਦਾ ਕਿ ਯਾਰੀ ਦੋਸਤੀ ਦਾ ਪਿਆਰ ਉਹ ਪੱਕਾ ਲੰਘ ਜਾਂਦਾ, ਹਮੇਸ਼ਾ ਦਿਲੋਂ ਕਰਨਾ ਚਾਹੀਦਾ। ਯਾਰਾਂ ਯਾਰ ਵਰਗੇ ਹੋਣ, ਦਿਲਦਾਰਾਂ ਵਰਗੇ ਹੋਣ, ਯਾਰਾਂ ਦਾ ਕਹਿਣਾ ਕੋਈ ਮੋੜੇ ਨਾ ਨਾ, ਤਾਂ ਯਾਰ ਬੜਾ ਰੱਬ ਵਰਗਾ ਲੱਗਣ ਲੱਗ ਜਾਂਦਾ। ਇਸ ਗੱਲ 'ਚ ਮੈਂ ਮਨਰਾਜ ਜੀ ਦਾ ਸ਼ੁਕਰੀਆ ਅਦਾ ਕਰਾਂਗੀ। ਮਨਰਾਜ ਜੀ ਮੇਰੇ ਕੋਲ ਵੀ ਆਉਂਦੇ ਨੇ ਟਿਊਜ਼ਡੇ, ਬਹੁਤ ਹੀ ਅੱਛਾ ਲੜਕਾ ਹੈ, ਅਤੇ ਮੈਂ ਉਹਨਾਂ ਦਾ ਨਾਮ ਪਾਇਆ ਜੂਨੀਅਰ ਗੁਰਦਾਸ ਮਾਨ, ਅਤੇ ਬੜੇ ਵੱਡੇ ਦਿਲ ਦੇ ਹੈ, ਮਤਲਬ ਜਿਹੜੀ ਗੱਲ ਕਹਿਣਗੇ ਨਾ ਜਿਹਦੀ
ਫਿਕਰ ਹੈ ਨਾ ਕਰ, ਦਿਲਦਾਰ 120% ਦਿਲਦਾਰ 100% ਹੁੰਦਾ ਨਾ, ਦਿਲਦਾਰ ਬੰਦਾ, ਦਿਲਦਾਰ ਬੰਦਾ ਕਹਿਣਗੇ 120% ਆਈ ਵਿਲ ਡੂ ਇਟ, ਯੂ ਨੋ ਆਈ ਮੀਨ ਛਿੰਦਾ ਸੁਰੇਲਾ ਜੀ ਵੀ ਅਤੇ ਬਲਦੇਵ ਮਸਤਾਨਾ ਜੀ ਤਾਂ ਫਿਰ ਸਭ ਦੇ ਗੁਰੂ ਜੀ ਹੈ, ਅਤੇ ਕੁੰਡਰ ਸਾਹਿਬ ਵੀ ਸਾਡੇ ਉਹ ਵੀ ਬਿੱਲੀਆਂ ਅੱਖਾਂ ਵਾਲੇ ਬੜੇ ਅੱਛੇ ਹੈ, ਸੋ ਯੂ ਨੋ ਅੱਛੇ ਅੱਛੇ ਦੁਨੀਆਂ 'ਚ ਲੋਕ ਹੁੰਦੇ ਆ ਨਾ, ਉਹਨਾਂ ਨਾਲ ਪ੍ਰਫੁੱਲਤ ਹੁੰਦਾ ਹੈ, ਬਿਲਕੁਲ ਇਨਸਾਨ ਆਪਣਾ ਮਿਊਜ਼ਿਕ, ਇਹ ਸਾਰੇ ਹਨ ਉਹਨੇ ਜਿਨ੍ਹਾਂ ਦੇ ਮੈਂ ਨਾਂ ਲਿੱਤੇ, ਸਭ ਨੂੰ ਮਿਊਜ਼ਿਕ ਦਾ ਬੜਾ ਸ਼ੌਕ ਹੈ, ਬਹੁਤ ਬਹੁਤ ਸਾਰੇ ਮਿਊਜ਼ਿਕ ਲਾਈਨ ਦੇ ਨਾਲ ਹੀ ਰਿਲੇਟਡ ਹੈ, ਰਿਲੇਟਡ ਹੈ, ਮੇਰੀ ਖੁਸ਼ਕਿਸਮਤੀ ਹੈ, ਮੇਰੇ ਧੰਨ ਭਾਗ ਨੇ ਕਿ ਐਡੀਆਂ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ ਮੇਰੇ ਸਿਰ 'ਤੇ ਹੱਥ ਹੈ, ਮੈਨੂੰ ਆਸ਼ੀਰਵਾਦ, ਬਿਲਕੁਲ ਇਸੇ ਗੱਲ ਦਾ ਕਾਂਸ਼ੀ ਟੀਵੀ 'ਤੇ ਜਿਹੜੇ ਆਉਂਦੇ ਨੇ ਸਾਡੇ ਦਰਸ਼ਕ ਜਿਹੜੇ ਕਿ ਇਹਨਾਂ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹਮੇਸ਼ਾ ਹੀ, ਉਹਨਾਂ ਨੂੰ ਇਹ ਚਾਹਤ ਹੁੰਦੀ ਹੈ ਵੀ ਅੱਜ ਦੀਪ ਕੋਲ ਕਿੰਨੇ ਆਉਣਾ, ਅੱਜ ਦੀਪ ਦੇ ਕੋਲ ਕਿੰਨੇ ਆਉਣਾ, ਯੂ ਨੋ ਸੋ ਅੱਜ ਕੱਲ੍ਹ ਮੈਨੂੰ ਥੋੜ੍ਹਾ ਕਵਾਲੀਆਂ ਦਾ ਨਾ ਬੜਾ ਹੀ ਸ਼ੌਕ ਚੜਿਆ ਹੋਇਆ, ਜਿਹੜਾ ਵੀ ਸਿੰਗਰ ਆਉਂਦਾ ਮੈਨੂੰ ਹੁੰਦਾ ਵੀ ਕਵਾਲੀ ਸੁਣਾਵੇ ਮੈਨੂੰ, ਯੂ ਨੋ ਹੁਣ ਇੱਕ ਛੋਟੇ ਜਿਹੇ ਪ੍ਰੋਗਰਾਮ ਵੀ ਕਿਤੇ ਹੈਗਾ 10th of August ਨੂੰ, ਮੈਂ ਉੱਥੇ ਵੀ ਜਾਣਾ, ਜਸਟ ਆਈ ਲਵ ਇਟ, ਲਵ ਇਟ। ਹੁਣ ਕੋਈ ਹਿੰਦੀ ਦਾ ਸੁਣਾਓ ਕਿ ਬਿਫੋਰ ਆਪਾਂ ਬ੍ਰੇਕ ਵੱਲ ਜਾਈਏ। ਹਾਂਜੀ, ਹਿੰਦੀ ਦਾ ਮੈਂ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮੈਂ ਹਮੇਸ਼ਾ ਸਿੰਗਰਸ ਨੂੰ ਕਹਿੰਦੀ ਹਾਂ ਕਿ ਤੁਹਾਡਾ ਹਰ ਰੰਗ ਸਾਹਮਣੇ ਵਾਲੇ ਨੂੰ ਦਿਖਣਾ ਚਾਹੀਦਾ। ਬਿਲਕੁਲ ਬਿਲਕੁਲ, ਤੁਹਾਡੇ ਵਾਸਤੇ ਗਾਉਣ ਲੱਗਾ। ਹਾਏ 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 ਹਾਏ, ਸਨੀ ਸਾਗਾ ਨੀ ਸਨੀ ਨੀ ਨੀ ਦਾ, ਧਨੀ ਸਾਗਾ ਮਗ ਮਗ ਸਾ, ਸਨੀ ਸਾਗਾ ਨੀ ਸਨੀ ਨੀ ਨੀ ਧਨੀ ਨੀ ਨੀ ਦਾ, ਧਨੀ ਸਾਗਾ ਮਾ ਮਾ ਸਾਗਾ ਮਗ ਮ ਦਾ ਦਾ ਮਾ ਧਨੀ ਧਨੀ ਸਨੀ ਦਾ ਨੀ ਦਾ ਨੀ ਦਾ ਪਾ ਪਾ ਦਾ ਮਾ ਪਾ ਗਾ ਗਾਰੇ ਗਾ ਮਗ ਪਾ ਮਾ ਗਾਰੇ। ਐਸਾ ਦੇਖਾ ਨਹੀਂ ਖੂਬਸੂਰਤ ਕੋਈ, ਜਿਸਮ ਜੈਸੇ ਅਜੰਤਾ ਕੀ ਮੂਰਤ ਕੋਈ, ਜਿਸਮ ਜੈਸੇ ਨਿਗਾਹੋਂ ਪੇ ਜਾਦੂ ਕੋਈ, ਜਿਸਮ ਨਗਮਾ ਕੋਈ, ਜਿਸਮ ਖੁਸ਼ਬੂ ਕੋਈ, ਜਿਸਮ ਜੈਸੇ ਮਹਿਕਤੀ ਹੋਈ ਚਾਂਦਨੀ, ਜਿਸਮ ਜੈਸੇ ਮਚਲਦੀ ਹੋਈ ਰਾਗਨੀ, ਜਿਸਮ ਜੈਸੇ ਕੇ ਖਿਲਤਾ ਹੁਆ ਇੱਕ ਚਮਨ, ਜਿਸਮ ਜੈਸੇ ਕੇ ਸੂਰਜ ਕੀ ਪਹਿਲੀ ਕਿਰਨ, ਜਿਸਮ ਤਰਸ਼ਾ ਹੁਆ ਦਿਲ ਕਸ਼ੋ ਦਿਲ ਨਸ਼ੀ, ਸੰਦਲੀ ਸੰਦਲੀ ਮਰਮਰੀ ਮਰਮਰੀ, ਆਫਰੀ 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 ਸ਼ੁਕਰ ਹੈ ਮਾਲਕ ਦਾ, ਤੇ ਮੈਂ ਆਇਆ ਜੀ 1 ਸਾਲ ਤੇ 2 ਮਹੀਨੇ ਬਾਅਦ। ਹਾਂਜੀ, ਮੈਂ ਦੇਖ ਲਿਆ ਸੀਗਾ ਕਿਉਂਕਿ ਮੈਂ ਨਾ ਉਹ ਫੋਟੋ ਦੇਖ ਰਹੀ ਸੀ ਜਿਹੜੀ ਮਹਿਫਿਲ ਦੀਆਂ, ਹਾਂਜੀ ਯੂ ਨੋ, ਤੇ ਉਹ ਤੋਂ ਬਾਅਦ ਚ ਤੁਹਾਨੂੰ ਮੈਂ ਦੱਸਿਆ ਕਿ ਸਿਰਫ ਪਹਿਲਾਂ ਕਿ ਬੜਾ ਕੁਝ ਹੈ ਸਭ, ਮਈ ਦੇ ਵਿੱਚ, ਮਈ ਚ ਪਿਛਲੇ ਮਈ ਦੇ ਵਿੱਚ, ਪਿਛਲੇ ਮਈ ਦੇ ਵਿੱਚ ਰੌਣਕ ਸੀ ਤੇ ਉਹ, ਤੇ ਇੰਡੀਆ ਚ ਤਾਂ ਬਹੁਤ ਗਰਮੀ ਹੋਣੀ ਹੁਣ, ਇੰਡੀਆ ਚ ਬਹੁਤ ਗਰਮੀ ਹੈ ਜੀ, ਹੈ ਨਾ, ਟੈਂਪਰੇਚਰ ਕਾਫੀ ਹਾਈ ਰਹਿੰਦਾ, ਤੇ ਇੱਥੇ ਆ ਕੇ ਖੁਸ਼ੀ ਹੋ ਗਈ ਹੋਣੀ ਇੱਕ ਤਾਂ ਸਾਰਾ ਏਸੀ ਬਣ ਗਿਆ ਇੰਗਲੈਂਡ। ਹਾਂਜੀ, ਇੰਗਲੈਂਡ ਚ ਵੀ ਨਹੀਂ ਹੈ, ਕਿੰਨੀ ਗਰਮੀ ਹੋਈ ਹੋਈ ਹੈ, ਹਾਂ ਗਰਮੀ ਹੋਈ ਪਰਸੋਂ ਦੀ ਨਾ, ਕਿੰਨੀ ਗਰਮੀ ਹੈ, ਤੇ ਉਹ ਕਹਿੰਦੇ ਹੁਣ ਮੰਡੇ ਨੂੰ ਨਾ 35 ਤੱਕ ਜਾਣਾ, ਧਿਆਨ ਰੱਖਿਓ ਆਪਣਾ, ਠੀਕ ਹੈ ਜੀ, ਕੋਈ ਨਹੀਂ, ਅਸੀਂ ਤਾਂ ਮੈਂ ਹੌਲੀਡੇਜ਼ ਤੇ ਚਲੇ ਜਾਣਾ, ਧਿਆਨ ਕਿ ਅਸੀਂ ਤਾਂ ਆਏ 47-48 ਦੇ ਵਿੱਚੋਂ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਹੈ ਨਾ। ਹਾਂਜੀ ਹਾਂਜੀ,
ਤੇ ਫਿਰ ਇੱਥੇ ਵੀ ਮੈਂ ਤਾਂ ਕਹਿੰਦੀ ਸ਼ੋਜ਼ ਕਰੋ, ਅਸੀਂ ਵੀ ਜਾਈਏ ਦੇਖਣ ਕਿਤੇ ਸ਼ੋਜ਼। ਬਿਲਕੁਲ ਜੀ, ਮੈਂ ਗੁਜ਼ਾਰਿਸ਼ ਕਰਨੀ ਚਾਹੁੰਦਾ ਦੇਖਣ ਵਾਲਿਆਂ ਨੂੰ ਕਿ ਕਰਾਓ, ਜ਼ਰੂਰ ਕਰੋ। ਹਾਂ, ਸਾਡੇ ਕਾਂਸ਼ ਟੀਵੀ ਵਾਲੇ ਵੀ ਨਾ ਬੜੇ ਪਸੰਦ ਕਰਦੇ ਆ ਗੀਤ ਸੰਗੀਤ, ਇਹ ਸ਼ੋਜ਼ ਨੂੰ ਇਹ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੂੰ ਪਸੰਦ ਕਰਦੇ ਆ, ਅੱਛਾ ਲੱਗਦਾ ਉਹਨਾਂ ਨੂੰ ਜਿਹੜੇ ਸਿੰਗਰ ਆਉਂਦੇ ਆ। ਬਹੁਤ ਵਧੀਆ, ਬਹੁਤ। ਤੇ ਹਾਂਜੀ, ਕਾਂਸ਼ ਟੀਵੀ ਹਮੇਸ਼ਾ ਹੀ ਸਪੋਰਟ ਕਰਦਾ ਜੀ, ਜਿੰਨੇ ਵੀ ਸਿੰਗਰ ਇੰਡੀਆ ਤੋਂ ਪੰਜਾਬ ਤੋਂ ਆਉਂਦੇ ਨੇ ਇਸ ਸਟੂਡੀਓ ਦੇ ਜ਼ਰੀਏ, ਇਸ ਚੈਨਲ ਦੇ ਮਾਧਿਅਮ ਤੋਂ ਲੋਕਾਂ ਦੇ ਘਰਾਂ ਤੱਕ ਤੁਸੀਂ ਪਹੁੰਚਾਉਂਦੇ ਹੋ, ਔਰ ਮੈਂ ਕਾਂਸ਼ੀ ਟੀਵੀ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਜੀ। ਹਾਂਜੀ, ਅੱਜ ਮੈਂ ਆਪਾਂ ਗੱਲਾਂ ਥੋੜ੍ਹੀਆਂ ਕਰਨੀਆਂ, ਤੁਹਾਡੇ ਗੀਤ ਕੋਈ ਗੱਲ ਨਹੀਂ। ਹਾਂਜੀ, ਕੀ ਸੁਣਾਉਣਾ ਚਾਹੋਗੇ, ਹਿੰਦੀ ਜਾਂ ਪੰਜਾਬੀ, ਜੋ ਕੁਛ ਜਨਾਬ ਤੁਹਾਡਾ ਦਿਲ ਕਰਦਾ। ਮੈਂ ਇੱਕ ਆਪਣੇ ਦਿਲ ਦੀ ਗੱਲ ਸੁਣਾਉਣਾ, ਹਜ਼ਰਤ ਪੀਰ ਬਾਬਾ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਹੈ ਸੂਫੀ। ਚੜ ਬਾਗੀ ਕੋਇਲ ਕੂਕ ਦੀ, ਨਿਤ ਸੋਜ ਅਲਮ ਦੇ ਹੂਕ ਦੀ, ਮੈਨੂੰ ਤਤੜੀ ਕੋ ਸ਼ਾਮ ਵਿਸਾਰ, ਸਾਨੂੰ ਆ ਮਿਲ ਯਾਰ ਪਿਆਰਿਆ, ਸਾਨੂੰ ਆ ਮਿਲ ਯਾਰ ਪਿਆਰਿਆ, ਸਾਨੂੰ ਹਿਜਰ ਤੇਰੇ ਨੇ ਸਾਡੇ ਆਖੇ ਲੱਗੇ ਤੈਨੂੰ ਤਖਤ ਬਿਠਾਵਾਂਗੇ, ਜੇ ਤੂੰ ਸਾਡੇ ਆਖੇ ਲੱਗੇ ਤੈਨੂੰ ਤਖਤ ਬਿਠਾਵਾਂਗੇ, ਪੜਦਾ ਹੈ ਤੂੰ ਜੰਮਦਾ ਬੱਕਰਾ ਆਪੇ ਆਪ ਕਹਾਵੇਂਗਾ, ਆਵੇ ਤੂੰ ਆਵੇ ਤੂੰ ਆ ਮਿਲ ਯਾਰ ਪਿਆਰਿਆ, ਸਾਨੂੰ ਹਿਜਰ ਤੇਰੇ ਜਦੋਂ ਵੱਜਦੀ ਹੈ ਨਾ, ਆਹ ਕਿਆ ਬਾਤ ਹੈ, ਦੁਗਣ ਚ ਵੀ ਮਜ਼ਾ ਆ ਜਾਂਦਾ ਲੇਕਿਨ ਤਿਗਣ ਚ ਬਹੁਤ ਮਜ਼ਾ। ਤਿਗਣ ਦੁਗਣ ਤੋਂ ਬਾਅਦ ਚਾਰ ਗੁਣ ਵੱਜਦੀ ਹੈ ਜੀ, ਤਿੰਨ ਗੁਣ ਦੇ ਵਿੱਚ ਗਾਉਣਾ ਬਹੁਤ ਮੁਸ਼ਕਲ ਹੈ, ਡੇਢੀ ਡੇਢੀ ਕੰਪੋਜੀਸ਼ਨ ਹੋ ਜਾਂਦੀ ਹੈ, ਪਰ ਉਹ ਹਰ ਕੋਈ ਨਹੀਂ ਗਾ ਸਕਦਾ। ਹਾਂਜੀ ਹਾਂਜੀ, ਮੈਂ ਇਹ ਕਹਿਣ ਦਾ ਮਕਸਦ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮੈਂ ਵੀ ਸਿੱਖੀ ਹੋਈ ਹਾਂ ਥੋੜ੍ਹਾ ਬਹੁਤ, ਸੋ ਯੂ ਨੋ ਆਈ ਮੀਨ ਤੀਨ ਤਾਲ ਚ ਵੀ ਗਾ ਸਕਦਾ, ਦਾਦਰਾ ਚ ਛਪਤਾਲ ਚ ਗਾਣਾ ਬਹੁਤ ਮੁਸ਼ਕਿਲ ਹੈ, ਮੁਸ਼ਕਿਲ ਹੈ ਨਾ। ਦੋਸਤੋ ਮੈਂ ਦੱਸਾਂਗੀ ਕਿ ਅਮਿਤ ਜੀ ਸਾਡੇ ਇੰਡੀਆ ਦੇ ਵਿੱਚ ਮਿਊਜ਼ਿਕ ਦੇ ਟੀਚਰ ਵੀ ਹੈ, ਯੂ ਨੋ, ਸੋ ਜਿਹਦੇ ਵਿੱਚ ਜੋ ਕੁਛ ਹੋਵੇ ਨਾ ਦੱਸਣਾ ਚਾਹੀਦਾ ਹੈ ਦੁਨੀਆ ਨੂੰ ਕਿ ਅਮਿਤ ਜੀ ਇੰਡੀਆ ਦੇ ਵਿੱਚ ਇੰਗਲਿਸ਼ ਦੇ ਕਹਿਣ ਲੱਗੀ ਸੀ ਉਹ ਰੋਂਗ ਗੱਲ ਹੋ ਜਾਏਗੀ, ਮਿਊਜ਼ਿਕ ਦੇ ਟੀਚਰ ਹੈ, ਕਿਹੜੇ ਕਿਹੜੇ
ਉਮਰ ਦੇ ਸਟੂਡੈਂਟਸ ਨੂੰ ਤੁਸੀਂ ਸਿਖਾਉਂਦੇ ਹੋ? ਮੈਂ ਸਕੂਲ ਦੇ ਵਿੱਚ ਹਾਂ ਜੀ, ਪਲੱਸ ਵਨ ਔਰ ਪਲੱਸ ਟੂ ਕਲਾਸ ਦੇ ਮੈਂ ਮਿਊਜ਼ਿਕ ਕਰਾਉਣਾ, ਪਲੱਸ ਵਨ ਔਰ ਪਲੱਸ ਟੂ। ਕਿਸ ਤਰ੍ਹਾਂ ਦਾ ਰਾਗ ਤਾਨਾ ਸਰਗਮ? ਹਾਂਜੀ ਹਾਂਜੀ, ਬਕਾਇਦਾ ਸਿਲੇਬਸ ਆਉਂਦਾ ਜੀ ਪੰਜਾਬ ਬੋਰਡ ਦੇ ਵੱਲੋਂ, ਉਹ ਸਿਲੇਬਸ ਦੇ ਅਕੋਰਡਿੰਗ ਸਾਰਾ ਥਾਟ ਵਗੈਰਾ, ਰਾਗ, ਤਾਲਾਂ, ਮਿਊਜ਼ਿਕ ਦੀ ਥਿਊਰੀ, ਫਿਰ ਨਾਲ ਪ੍ਰੈਕਟੀਕਲ ਸਾਰਾ ਸਾਰਾ। ਬਿਲਕੁਲ, ਮੈਂ ਉਹੀ ਦੱਸਣ ਲੱਗੀ ਸੀ ਵੀ ਜਿਹੜਾ ਆਹ ਤਾਲਾਂ ਦੀ ਆਪਾਂ ਗੱਲ ਕੀਤੀ ਹੈ ਨਾ, ਤਾਂ ਥਿਊਰੀ 'ਚ ਤਾਂ ਅਸੀਂ ਲਿਖ ਦੇਣਾ, ਮੈਂ ਕਹਿਣਾ ਮੈਨੂੰ ਪ੍ਰੈਕਟੀਕਲ ਨਾ ਕਰਾਈਓ। ਤਬਲਾ ਵਜਾਉਣ ਦਾ ਮੈਨੂੰ ਸਭ ਤਾਲਾਂ ਪਤਾ, ਯੂਨੋ, ਜਪ ਤਾਲ, ਦਾਦਰਾ, ਤੀਨ ਤਾਲ, ਯੂਨੋ, ਏਕ ਤਾਲ, ਦੁਗਨ, ਤਿਗਨ, ਲੇਕਿਨ ਮੈਨੂੰ ਤਬਲਾ ਵਜਾਉਣਾ ਨਹੀਂ ਆਉਂਦਾ। ਥਿਊਰੀ ਬੰਦਾ ਯਾਦ ਕਰ ਲੈਂਦਾ ਪਰ ਪ੍ਰੈਕਟੀਕਲ ਕੰਮ ਮੁਸ਼ਕਲ ਹੈ। ਦੈਟਸ ਰਾਈਟ, ਰਾਗ ਵੀ ਥੋੜ੍ਹੇ ਬਹੁਤੇ ਅਸੀਂ ਗਾ ਲੈਂਦੇ ਸੀਗੇ, ਲੇਕਿਨ ਮੈਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ, ਮੇਰੇ ਤਾਂ ਟੀਚਰ ਨੇ ਆਉਂਦੇ ਕਹਿਣਾ ਉਹ ਜਦੀਪ ਕੋਈ ਹਿੰਦੀ ਦਾ ਗਾਣਾ ਸੁਣਾ, ਫਿਲਮੀ ਗਾਣਾ, ਅਸੀਂ ਤੈਨੂੰ ਪਾਸ ਕਰਦਾ। ਠੀਕ ਹੈ ਜੀ, ਬਹੁਤ। ਸੋ ਰਾਗ ਅਸੀਂ ਕਦੇ ਕਦੇ ਗਾਉਂਦੇ ਸੀ। ਅੱਛਾ, ਤੁਸੀਂ ਸਿਖਾਉਂਦੇ ਹੋ ਫਿਰ ਰਾਗ? ਹਾਂਜੀ। ਬੱਚਿਆਂ ਨੂੰ ਇੰਟਰਸਟ ਹੈ ਅੱਜ ਕੱਲ੍ਹ ਮਿਊਜ਼ਿਕ ਦੇ ਵਿੱਚ? ਬਿਲਕੁਲ ਜੀ, ਬੱਚੇ ਬਹੁਤ ਉਤਸ਼ਾਹ ਆ ਬੱਚਿਆਂ ਦੇ ਵਿੱਚ ਸੰਗੀਤ ਸਿੱਖਣ ਦਾ, ਔਰ ਗੁਰੂ ਜੀ ਦੇ ਆਸ਼ੀਰਵਾਦ ਦੇ ਨਾਲ ਜਿੰਨਾ ਕੁ ਮੈਨੂੰ ਆਉਂਦਾ ਮੈਂ ਬੱਚਿਆਂ ਨੂੰ ਸਿਖਾਉਂਦਾ ਜੀ। ਅੱਛਾ, ਨਹੀਂ ਫਿਰ ਇੰਡੀਆ 'ਚ ਪਹਿਲਾਂ ਤੁਸੀਂ ਕਿਹਦੇ ਕੋਲੋਂ ਸਿੱਖਿਆ? ਸਿਖਾਉਣਾ ਮਤਲਬ ਇੱਦਾਂ ਨਹੀਂ, ਉਹ ਮੇਰੀ ਜੌਬ ਕਰਕੇ ਮੈਨੂੰ ਸਿਖਾਉਣਾ ਪੈਂਦਾ, ਹਾਲਾਂਕਿ ਮੈਂ ਵੀ ਹਾਲੇ ਸਿੱਖ ਹੀ ਰਿਹਾ, ਮੈਂ ਵੀ ਸਟੂਡੈਂਟ ਹੀ ਹਾਂ ਔਰ ਮੈਂ ਸਟੂਡੈਂਟ ਹੀ ਰਹਿਣਾ ਚਾਹੁੰਦਾ ਸਾਰੀ ਜ਼ਿੰਦਗੀ। ਨਹੀਂ 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 ਨਹੀਂ, ਫਿਰ ਵੀ ਤੁਸੀਂ ਇੰਡੀਆ 'ਚ ਵੀ ਕਿਸੇ ਕੋਲੋਂ ਸਿੱਖਿਆ ਹੀ ਹੋਣਾ? ਨਹੀਂ, ਮੇਰੇ ਗੁਰੂ ਜੀ ਜਨਾਬ ਬਲਦੇਵ ਮਸਤਾਨਾ ਸਾਹਿਬ ਨੇ ਜੀ, ਗੁਰੂ ਜੀ ਉਹਨਾਂ ਨੇ ਤੁਹਾਨੂੰ ਸ਼ੁਰੂ ਕੀਤਾ? ਹਾਂਜੀ। ਵਾਹ, ਪਹਿਲਾਂ ਮੈਂ ਕਰੇ ਜਿੱਦਾਂ ਪਿਤਾ ਜੀ, ਪਿਤਾ ਜੀ ਹੁਣੀ ਗਾਉਂਦੇ ਨੇ ਜੀ, ਅਤੇ ਉਹਨਾਂ ਨੂੰ ਸੁਣ ਸੁਣ ਕੇ ਮੈਂ ਫਿਰ ਗੁਣਗੁਣਾਉਣਾ ਸ਼ੁਰੂ ਕੀਤਾ ਜੀ। ਫਿਰ ਗੁਰੂ ਜੀ ਦਾ ਆਸ਼ੀਰਵਾਦ ਹੈ ਬਚਪਨ ਤੋਂ ਲੈ ਕੇ ਹੁਣ ਤੱਕ, ਇੱਦਾਂ ਹੀ ਗੁਰੂ ਜੀ ਆਪਣਾ ਆਸ਼ੀਰਵਾਦ ਹਮੇਸ਼ਾ ਹੀ ਬਖਸ਼ ਦੇ ਰਹੇ ਹੋ ਜੀ। ਬ੍ਰੇਕ ਵੱਲ ਚੱਲੀਏ? ਬਿਲਕੁਲ ਬਿਲਕੁਲ, ਆ ਗਿਆ। ਹਾਂਜੀ ਹਾਂਜੀ ਜੀ, ਬ੍ਰੇਕ ਬਣ ਲਓ ਦੋਸਤੋ, ਛੋਟੀ ਜੀ ਬ੍ਰੇਕ ਵੱਲ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਸਭ ਦਾ ਸਵਾਗਤ ਕਰਾਂਗੇ ਜੀ, ਆਇਆਂ ਨੂੰ ਕਹਾਂਗੇ ਜੀ, ਸੱਜ ਕੇ ਕਹਾਂਗੇ ਜੀ, ਵਾਰੀ ਕਰਾਂਗੇ, ਦੂਰ ਨਾ ਜਾਣਾ। ਮੈਂ ਹਮੇਸ਼ਾ ਹੀ ਕਹਿੰਦੀ ਥੱਕ ਜਾਂਦੀ ਹਾਂ, ਦੂਰ ਨਾ ਜਾਣਾ, ਨੇੜੇ ਨੇੜੇ ਰਹਿਣਾ। ਜਸਟ ਔਨ ਕਾਂਸ਼ੀ ਟੀ ਵੀ ਚੈਨਲ 765 'ਤੇ, ਤੁਹਾਨੂੰ ਦੱਸਿਆ ਸੀ ਨਾ ਨੰਬਰ ਚੇਂਜ ਹੋਇਆ 772 ਤੋਂ 765 'ਤੇ ਇਹ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਕਾਂਸ਼ੀ ਟੀ ਵੀ ਨੂੰ ਦੇਖ ਸਕਦੇ ਹੋ, 24 ਘੰਟੇ ਕਾਂਸ਼ੀ ਟੀ ਵੀ ਤੁਹਾਡੀ ਸੇਵਾ 'ਚ ਰਹਿੰਦਾ। ਸੋ ਇਸ ਨੂੰ ਪੂਰੀ ਤਰ੍ਹਾਂ ਸਪੋਰਟ ਕਰੋ, ਔਰ ਜਿਹੜੇ ਸਾਡੇ ਕੋਲ ਵੀ ਆਉਂਦੇ ਆ ਸਿੰਗਰਸ, ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਕੋਲੋਂ ਹਰ ਰੰਗ ਤੁਹਾਨੂੰ ਸੁਣਾਈਏ। ਸੋ ਸਟੇ ਟਿਊਨ, ਵਿਲ ਬੀ ਬੈਕ ਰੀਅਲੀ ਰੀਅਲੀ ਸੂਨ। ਆਪਨੇ ਆਪਣਾ ਬਣਾਇਆ, ਮਿਹਰਬਾਨੀ ਆਪ ਕੀ, ਮਿਹਰਬਾਨੀ ਆਪ ਕੀ, ਹਮ ਤੋ ਇਸ ਕਾਬਿਲ ਨਾ ਥੇ, ਹਮ ਤੋ ਇਸ ਕਾਬਿਲ ਨਾ ਥੇ, ਹੈ ਕਦਰ ਜਾਨੀ ਆਪ ਕੀ, ਮਿਹਰਬਾਨੀ ਆਪ ਕੀ, ਆਪਨੇ ਆਪਣਾ ਬਣਾਇਆ। ਜੀ ਹਾਂ ਦੋਸਤੋ, ਸਾਡੇ ਦੇਖਣ ਵਾਲੇ ਉਹ ਜਦੋਂ ਸਾਨੂੰ ਅਪਣਾ ਲੈਂਦੇ ਹੈ ਨਾ, ਆਪਣਾ ਬਣਾ ਲੈਂਦੇ ਹੈ, ਤਾਂ ਸਾਡਾ ਦਿਲ ਖੁਸ਼ ਹੋ ਜਾਂਦਾ। ਇੱਥੇ ਬੈਠਣ ਦਾ ਮਕਸਦ ਸਾਡਾ, ਸਾਡੀ ਮੈਨੇਜਮੈਂਟ ਉਹ ਅਤੇ ਸਾਡੇ ਦਰਸ਼ਕ ਸਾਡੇ ਲਈ ਬਹੁਤ ਹੀ ਮਹੱਤਤਾ ਰੱਖਦੇ ਨੇ। ਉਹਨਾਂ ਦੀ ਇੰਪੋਰਟੈਂਸ ਤੋਂ ਬਿਨਾਂ ਅਸੀਂ ਕੁਛ ਨਹੀਂ ਆ, ਨਹੀਂ ਤਾਂ ਬੜੇ ਹੀ ਪ੍ਰੋਗਰਾਮ ਹੁੰਦੇ ਹੈ, ਸਭ ਕੁਛ ਹੁੰਦਾ, ਜਿੰਨਾ ਚਿਰ ਉਹਨਾਂ ਦਾ ਉਤਸ਼ਾਹ ਨਹੀਂ ਮਿਲਦਾ ਨਾ, ਤਾਂ ਉਹਨਾਂ ਚਿਰ ਅਸੀਂ ਵੀ ਕੁਛ ਨਹੀਂ ਆ। ਹੁਣੇ ਸਾਡੇ ਛਿੰਦਾ ਸਿਰਡਾ ਜੀ ਦਾ ਫੋਨ ਆਇਆ ਸੀਗਾ, ਵਾਚ ਕਰ ਰਹੇ ਨੇ। ਛਿੰਦਾ ਸਾਹਿਬ, ਅਸੀਂ ਵੀ ਤੁਹਾਡੇ ਕੋਲੋਂ ਬਹੁਤ ਕੁਛ ਸਿੱਖਦੇ ਹਾਂ, ਤੁਸੀਂ ਸਾਡੇ ਕੋਲੋਂ ਕੀ ਸਿੱਖਣਾ? ਲੇਕਿਨ ਤੁਹਾਡੇ ਸਾਰਿਆਂ ਨੂੰ ਅਸੀਂ ਸਲਾਮ ਪੇਸ਼ ਕਰਦੇ ਹਾਂ ਕਿ ਤੁਸੀਂ ਕਾਂਸ਼ੀ ਟੀ ਵੀ ਨੂੰ ਦੇਖਦੇ ਹੋ, ਔਰ ਕਾਂਸ਼ੀ ਟੀ ਵੀ ਨੂੰ ਦੇਖਦੇ ਵੀ ਤੁਸੀਂ ਵੀ ਬੜਿਆਂ ਦੀ ਸਪੋਰਟ ਕਰਦੇ ਹੋ। ਅੱਛਾ ਲੱਗਦਾ, ਸਪੋਰਟ ਕਰਨਾ ਵੀ ਚਾਹੀਦਾ।
ਜਿਹੜੇ ਜਿਹੜੇ ਇੰਡੀਆ ਤੋਂ ਆਉਂਦੇ ਨੇ ਕਲਾਕਾਰ, ਸਭ ਨੂੰ ਹੀ ਸਪੋਰਟ ਦੇਣੀ ਚਾਹੀਦੀ ਹੈ। ਸੋ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਕਬੂਲ ਕਰੋ, ਸਵੀਕਾਰ ਕਰੋ ਜਗਦੀਪ ਵੱਲੋਂ। ਗੁੱਡ ਈਵਨਿੰਗ, ਨਮਸਤੇ, ਸਲਾਮ ਅਲੈਕਮ ਅਤੇ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਗੁਰਦੇਵ। ਹੋਰ ਸੁਣਿਓ ਕੀ ਹਾਲ ਚਾਲ। ਆਪਣੇ ਸਿਤਾਰੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਹੀ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਕਵਾਂਗੇ ਜੀ, ਸਦਕੇ ਕਵਾਂਗੇ ਜੀ, ਵਾਰੀ ਕਵਾਂਗੇ। ਜਿਹੜੇ ਵੀ ਦੇਸ਼, ਜਿਹੜੇ ਵਿਦੇਸ਼, ਯੂਰਪ, ਜਿੱਥੇ ਵੀ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ, ਇੰਗਲੈਂਡ ਦੇ ਵਿੱਚ ਜਿਹੜੇ ਕੋਨੇ 'ਚ ਦੇਖ ਰਹੇ ਹੋ, ਸਭ ਦਾ ਹੀ ਸਵਾਗਤ ਕਰਾਂਗੇ ਕਾਂਸ਼ੀ ਟੀਵੀ 'ਤੇ। ਕਾਂਸ਼ੀ ਟੀਵੀ ਹਮੇਸ਼ਾ ਹੀ ਹਰ ਤਰ੍ਹਾਂ ਦੇ ਸਿੰਗਰ ਦਾ ਸਵਾਗਤ ਕਰਦਾ, ਜਿਹੜੀ ਮਰਜ਼ੀ ਕਮਿਊਨਿਟੀ 'ਚੋਂ ਹੋਵੇ। ਇਹ ਚੈਨਲ ਵੀ ਕਿਸੇ ਕਿਸੇ ਤਰ੍ਹਾਂ ਦੇ ਕਦੇ ਕਦੇ ਮਿਲਦੇ ਆ, ਜਿੱਥੇ ਹਰ ਤਰ੍ਹਾਂ ਨੂੰ ਇਕੱਤਰ ਕਰਕੇ ਰੱਖਿਆ ਜਾਵੇ। ਸੋ ਸਾਡਾ ਮਕਸਦ ਇਹੀ ਹੈ ਕਿ ਕਲਾਕਾਰ ਆਉਂਦੇ ਨੇ, ਤੁਹਾਡਾ ਮਨੋਰੰਜਨ ਕਰਦੇ ਨੇ। ਔਰ ਟੀ ਵੀ ਦਾ ਮਤਲਬ ਕੀ ਹੈ, ਜੇ ਅਸੀਂ ਤੁਹਾਡਾ ਮਨੋਰੰਜਨ ਨਹੀਂ ਕਰ ਸਕੇ, ਜੇ ਅਸੀਂ ਤੁਹਾਨੂੰ ਕੁਛ ਦੇ ਨਹੀਂ ਸਕੇ। ਸੋ ਕਾਂਸ਼ੀ ਟੀ ਵੀ 'ਤੇ ਹਰ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ, ਤਾਂ ਸਾਡੀ ਡਿਊਟੀ ਇਹ ਹੈ ਕਿ ਟਿਊਜ਼ਡੇ, ਵੈਨਸਡੇ ਅਸੀਂ ਤੁਹਾਡਾ ਮਨੋਰੰਜਨ ਕਰਦੇ ਹਾਂ। ਤੁਹਾਡਾ ਟਾਈਮ ਜਿਹੜਾ ਸ਼ਾਮ ਦਾ ਹੁੰਦਾ ਨਾ, ਉਹ ਕਹਿੰਦੇ ਦਿਲ ਖੁਸ਼ ਹੋ ਜਾਏ ਨਾ, ਤਾਂ ਨੀਂਦ ਬੜੀ ਖੂਬਸੂਰਤ ਆਉਂਦੀ ਹੈ। ਸੋ ਤੁਹਾਡੀਆਂ ਨੀਂਦ ਖੂਬਸੂਰਤ ਲਿਆਉਣ ਵਾਸਤੇ ਕਾਂਸ਼ੀ ਟੀ ਵੀ ਬਣਿਆ। ਸੋ ਸਵਾਗਤ ਕਰਾਂਗੇ, ਸਾਡੇ ਕੋਲ ਆਏ ਹੋਏ ਨੇ ਅੱਜ ਵਿਦ ਦਾ ਗ੍ਰੇਟ ਵੋਇਸ, ਬਿਊਟੀਫੁਲ ਵੋਇਸ, ਡਾਊਨ ਟੂ ਅਰਥ ਪਰਸਨ, ਵੈਰੀ ਮਾਰਵਲੈਸ, ਵਨ ਐਂਡ ਓਨਲੀ ਅਮਿਤ ਅਨਵਰ ਜੀ ਦਾ ਸਵਾਗਤ ਕਰਾਂਗੇ, ਵੈਲਕਮ ਬੈਕ ਕਰਾਂਗੇ। ਵੈਲਕਮ ਜੀ। ਥੈਂਕ ਯੂ ਜਗਦੀਪ ਜੀ, ਥੈਂਕ ਯੂ। ਮੈਂ ਕਿੰਨਾ ਕੁਛ ਕਹਿਤਾ? ਹਾਂਜੀ ਹਾਂਜੀ, ਬਹੁਤ ਵਧੀਆ ਤੁਹਾਡੇ, ਮੈਂ ਫੈਨ ਹਾਂ ਤੁਹਾਡੇ ਅੰਦਾਜ਼ ਦਾ। ਨਹੀਂ, ਅੰਦਾਜ਼ ਨਹੀਂ, ਮੈਨੂੰ ਪਤਾ ਲੱਗ ਗਿਆ ਤੁਹਾਨੂੰ ਕਿੰਨਾ ਕੁਛ ਕਹਿਤਾ ਮੈਂ ਤੁਹਾਡੇ ਬਾਰੇ। ਹਾਂਜੀ ਹਾਂਜੀ, ਜਿਹੜੀ ਤੁਸੀਂ ਮੰਨ ਲਓ ਵੋਕੈਬਲਰੀ ਆ ਤੁਹਾਡੇ ਕੋਲੇ, ਲਫ਼ਜ਼ਾਂ ਦੀ ਚੋਣ ਆ, ਬਹੁਤ ਵਧੀਆ। ਅੱਛਾ, ਤੁਹਾਨੂੰ ਲੱਗਦਾ? ਹਾਂਜੀ, ਮੈਨੂੰ ਕੀ ਲੱਗਦਾ, ਸਾਰੀ ਆਡੀਅੰਸ ਨੂੰ ਲੱਗਦਾ ਜੀ, ਸਾਰੇ ਤੁਹਾਨੂੰ ਬਹੁਤ, ਮੈਂ ਪਹਿਲਾਂ ਹੀ ਦੱਸ ਕੇ ਹਟਿਆ ਵੀ ਬਹੁਤ ਪਸੰਦ ਕਰਦੇ ਤੁਹਾਡਾ ਪ੍ਰੋਗਰਾਮ। ਤੁਸੀਂ ਮੈਨੂੰ ਝੂਠ ਬੋਲਦੇ ਲੱਗਦੇ ਹੋ। ਦੇਖੋ ਜੀ, ਸੱਚ ਸੱਚ ਹੀ ਰਹਿਣਾ। ਨਹੀਂ, ਪਤਾ ਕੀ ਹੈ, ਮੈਂ ਤੁਹਾਡੇ ਗੀਤਾਂ ਦੀ ਗਾਇਲ ਹਾਂ, ਮਤਲਬ ਕਿ ਤੁਹਾਡਾ ਗੀਤ ਸੰਗੀਤ ਹੈ ਨਾ, ਕਿ ਉਸ 'ਚ ਨਾ ਕੁਛ ਬੋਲਦਾ। ਹਰ ਇੱਕ ਸਿੰਗਰ, ਬੜੇ ਤਰ੍ਹਾਂ ਦੇ ਸਿੰਗਰ ਆਉਂਦੇ ਸਾਡੇ ਕੋਲ, ਹਜ਼ਾਰਾਂ ਆਉਂਦੇ ਆ, ਹਜ਼ਾਰਾਂ ਜਾਂਦੇ ਆ, ਸਭ ਦੀ ਆਪਣੇ ਆਪਣੇ ਗਾਉਣ ਦਾ ਤਰੀਕਾ ਹੁੰਦਾ। ਬਿਲਕੁਲ ਜੀ, ਦੇਖੋ ਹਰ ਇੱਕ ਸਿੰਗਰ ਦੀ, ਜਿੱਦਾਂ ਫੁੱਲਾਂ ਦੀ ਆਪੋ ਆਪਣੀ ਖੁਸ਼ਬੂ ਹੁੰਦੀ ਹੈ, ਇੱਦਾਂ ਹੀ ਹਰ ਇੱਕ ਆਰਟਿਸਟ ਦੀ, ਹਰ ਇੱਕ ਸਿੰਗਰ ਦੀ ਆਪੋ ਆਪਣੀ ਮਹਿਕ ਹੁੰਦੀ ਹੈ। ਕੋਈ ਸੂਫੀ ਰੰਗ ਜ਼ਿਆਦਾ ਗਾਉਂਦਾ ਹੈ, ਕੋਈ ਧਾਰਮਿਕ ਲਾਈਨ ਕਿਸੇ ਕੋਲ, ਕਿਸੇ ਨੇ ਆਪਣੇ ਬੀਟ ਸੌਂਗ ਵੱਲ ਜ਼ਿਆਦਾ ਹੁੰਦਾ। ਔਰ ਮੈਂ ਦੋਸਤੋ ਦੱਸਾਂਗੀ ਕਿ ਇਹ ਕਲਾਕਾਰ ਕਵਾਲੀ, ਗੀਤ, ਗਜ਼ਲ ਪੰਜਾਬੀ, ਹਿੰਦੀ ਦੇ ਵੀ ਸੁਣਾਉਂਦੇ ਆ, ਲੇਕਿਨ ਇਹ ਸ਼ਬਦ ਵੀ ਬਹੁਤ ਖੂਬਸੂਰਤ ਗਾਉਂਦੇ ਆ, ਧਾਰਮਿਕ ਗੀਤ ਵੀ ਬੜਾ ਖੂਬਸੂਰਤ ਗਾਉਂਦੇ ਆ। ਜੇ ਕਿਸੇ ਗੁਰਦੁਆਰਾ ਸਾਹਿਬ ਕਿਤੇ ਵੀ ਇਹਨਾਂ ਨੂੰ ਬੁਲਾਉਣਾ ਹੋਵੇ, ਹੀ ਇਜ਼ ਸੋ ਗੁੱਡ ਧਾਰਮਿਕ ਗੀਤਾਂ ਦੇ, ਔਰ ਸ਼ਬਦ ਵੀ ਬੜੇ ਅੱਛੇ ਗਾਉਂਦੇ ਆ। ਸੋ ਅੱਛਾ ਲੱਗਦਾ ਜਿਹੜਾ ਬੱਚਾ ਹਰ ਇੱਕ ਰੰਗ ਗਾ ਸਕੇ। ਸੋ ਮੈਂ ਸਭ ਨੂੰ ਇਹ ਕਹਾਂਗੀ। ਹਾਂਜੀ, ਕੀ ਸੁਣਾਉਣਾ ਚਾਹੋਗੇ? ਮੈਂ ਤੁਹਾਡੇ ਵਾਸਤੇ ਇੱਕ ਗਾਣਾ ਹੋਰ ਸੁਣਾਉਂਦਾ ਜੀ। ਆਏ ਹਾਏ, ਆਏ ਹਾਏ, ਆਣ ਦਿਓ। ਪਿਆਰ ਤੇਰਾ ਏ ਜ਼ਿੰਦਗੀ ਮੇਰੀ, ਵੇ ਕਰਨੀ ਏ ਮੈਂ ਪੂਜਾ ਤੇ, ਹਾਂ ਕਰਨੀ ਏ ਮੈਂ ਪੂਜਾ ਤੇਰੀ, ਤੈਨੂੰ ਦਿਲ ਵਾਲੇ ਸ਼ੀਸ਼ੇ 'ਚ ਸਜਾਇਆ, ਤੈਨੂੰ ਦਿਲ ਵਾਲੇ ਸ਼ੀਸ਼ੇ 'ਚ ਸਜਾਇਆ, ਦਿਲ ਕਰੇ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਜੀ ਕਰੇ ਵੇਖਦਾ ਰਵਾਂ, ਦਿਲ ਮੁੜਦਾ ਨੀ ਲੱਖ ਸਮਝਾਇਆ, ਦਿਲ ਮੁੜਦਾ ਨੀ ਲੱਖ ਸਮਝਾਇਆ, ਜੀ ਕਰੇ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ
ਰੱਬ ਨੇ ਬਣਾਇਆ ਦਿਲ ਕਰੇ ਵੇਖਦਾ ਰਵਾਂ ਉਹ ਕਿੰਨਾ ਸੋਹਣਾ ਤੇ ਰੱਬ ਨੇ ਬਣਾਇਆ। ਵਾਓ, ਲਵ ਇਟ, ਲਵ ਇਟ, ਲਵ ਇਟ। ਇੱਕ ਪੈਰਾ ਸੁਣਾਈ ਦਿਓ ਆਂਦਾ। ਹਾਂਜੀ ਹਾਂਜੀ। ਵੇਖ ਕੇ ਤੇਰੀਆਂ ਨਾਜ਼ ਅਦਾਵਾਂ ਮੇਰਾ ਜੀ ਕਰਦਾ ਏ ਵੇਖੀ ਜਾਵਾਂ, ਜੀ ਕਰਦਾ ਏ ਵੇਖੀ ਜਾਵਾਂ। ਉਹ ਤੈਨੂੰ ਅੱਖੀਆਂ ਦੇ, ਉਹ ਤੈਨੂੰ ਅੱਖੀਆਂ ਦੇ, ਵੇ ਤੈਨੂੰ ਅੱਖੀਆਂ ਦੇ ਵਿੱਚ ਮੈਂ ਵਸਾਇਆ, ਤੈਨੂੰ ਅੱਖੀਆਂ ਦੇ ਵਿੱਚ ਮੈਂ ਵਸਾਇਆ। ਜੀ ਕਰੇ ਵੇਖਦਾ ਰਵਾਂ ਉਹ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਨਹੀਂ ਕਿ ਤੁਸੀਂ ਵੀ ਮੇਰੇ ਲਈ ਸੁਣਾਇਆ, ਮੈਨੂੰ ਤਾਂ ਪਸੰਦ ਹੈ, ਲੇਕਿਨ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਕਮਾਲ ਕਰਤੀ, ਕਮਾਲ ਕਮਾਲ, ਹੈ ਨਾ। ਹੁਣ ਉਹਨਾਂ ਦੀ ਇੱਕ ਟੇਪ ਮਿਸ ਹੋ ਗਈ ਸੀ ਕਿਤੇ, ਅੱਛਾ, ਉਹ ਸਪਤੰਬਰ ਦੇ ਵਿੱਚ ਰਿਲੀਜ਼ ਹੋ ਰਹੀ ਹੈ ਜੀ। ਦੇਖ ਲਓ ਉਹਨਾਂ ਨੂੰ ਗਿਆਨ ਨੂੰ ਕਿੰਨੀ ਦੇਰ ਹੋ ਗਈ, ਉਹਨਾਂ ਦੇ ਗਾਣੇ ਹਾਲੇ ਤੱਕ ਨਿਕਲ ਰਹੇ ਹੈ, ਕਿੰਨੇ ਰਿਲੀਜ਼ ਹੋ ਰਹੇ ਹੈ। ਔਰ ਇਹ ਕਵਾਲੀ ਉਸਤਾਦ ਨੁਸਰਤ ਸਾਹਿਬ ਨੇ ਗਾਈ, ਲੇਕਿਨ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਬੜੀ ਖੂਬਸੂਰਤੀ ਨਾਲ ਗਾਇਆ ਜੀ, ਕਮਾਲ ਇਸ ਕਵਾਲੀ ਨੂੰ। ਤੇ ਹੋਰ ਵੀ ਜਿਹੜੇ ਕਵਾਲ ਆ ਰਹੇ ਹੈ ਨਾ, ਜਦੋਂ ਉਹ ਉਹਨਾਂ ਦੇ ਸਾਜ਼ ਨਾਲ ਹੁੰਦੇ ਨਾ, ਢੋਲਕੀ ਵਗੈਰਾ, ਬਿਲਕੁਲ ਬਿਲਕੁਲ, ਹੈ ਨਾ, ਕਮਾਲ ਹੋ ਜਾਂਦਾ, ਮਜ਼ਾ ਹੀ ਹੋ ਜਾਂਦਾ ਕਿ ਵੀ ਇਹ ਕਵਾਲੀ, ਕਵਾਲੀ ਦਾ ਰੰਗ ਉਹਨਾਂ ਦਾ ਬਹੁਤ ਹੀ ਹਰੇਕ ਚੀਜ਼ 'ਚ ਬੜਾ ਮਸ਼ਹੂਰ ਹੈ। ਖਾਨ ਸਾਹਿਬ ਨੇ ਕਵਾਲੀਆਂ ਬਹੁਤ ਗਾਈਆਂ ਜੀ, ਔਰ ਗਜ਼ਲਸ ਬਹੁਤ, ਗਜ਼ਲ ਬਹੁਤ, ਗੀਤ ਗੀਤ ਬਹੁਤ ਗਾਏ ਖਾਨ ਸਾਹਿਬ ਨੇ, ਬੜੇ ਗਾਏ, ਇੰਨਾ ਕੁਛ ਦੇ ਗਏ। ਮੈਂ ਤਾਂ ਇਹ ਕਹਿਣਾ ਇੱਥੇ ਚਾਹੂੰਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਵਾਲ, ਬਹੁਤ ਸਾਰੇ ਕੀ ਸਾਰੇ ਕਵਾਲ ਉਹਨਾਂ ਦੇ ਸਿਰੋਂ ਹੀ ਉਹਨਾਂ ਦੀ ਜਿਹੜੀ ਤੋਰੀ ਫੁਲਕਾ ਚੱਲ ਰਿਹਾ ਜੀ, ਕਿਉਂਕਿ ਇੰਨਾ ਕੁਛ ਦੇ ਗਏ, ਇੰਨਾ ਕੁਛ ਦੇ ਗਏ, ਨਿੱਤ ਨਵੀਂ ਚੀਜ਼ ਸੁਣਨ ਨੂੰ ਮਿਲਦੀ ਆ। ਯੂਟਿਊਬ 'ਤੇ ਤੁਸੀਂ ਸਰਚ ਕਰੋ ਨੁਸਰਤ ਸਾਹਿਬ ਨੂੰ, ਮੈਂ ਬਹੁਤ ਸੁਣਦਾ, ਮੈਨੂੰ ਹਰ ਰੋਜ਼ ਕੁਛ ਨਾ ਕੁਛ ਨਿਊ ਸੁਣਨ ਨੂੰ ਮਿਲਦਾ ਜੀ। ਪਤਾ ਕੀ ਹੈ, ਕਈ ਸਿੰਗਰਸ ਕਹਿਣਗੇ ਜੀ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਹਾਂ। ਹਾਂਜੀ, ਪੰਜਾਬੀ ਬੋਲੀ ਦੀ ਸੇਵਾ ਉਹ ਤਾਂ ਜਿਹੜੀ ਕਰਦੇ ਕਰਦੇ ਹੈ, ਪੰਜਾਬੀ ਬੋਲੀ ਉਹਨਾਂ ਦੀ ਸੇਵਾ ਕਰ ਰਹੀ ਹੈ ਕਿ ਉਹਨਾਂ ਦੇ ਘਰ 'ਚ ਰੋਟੀ ਪਕਾ ਰਹੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਕਹਾਂਗੀ ਕਿ ਪੰਜਾਬੀ ਬੋਲੀ ਦੀ ਜਿਹੜਾ ਵੀ ਸਿੰਗਰ ਆਉਂਦਾ, ਅਸੀਂ ਜੀ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਾਂ। ਉਹ ਸੁਣਿਓ, ਪੰਜਾਬੀ ਬੋਲੀ ਤੁਹਾਡੀ ਸੇਵਾ ਕਰ ਰਹੀ ਹੈ। ਹਾਂਜੀ ਹਾਂਜੀ, ਜੇ ਕਿਤੇ ਪੰਜਾਬੀ ਬੋਲੀ ਨਾ ਹੁੰਦੀ ਤਾਂ ਕੀ ਗਾਉਂਦੇ, ਉਹੀ ਤਾਂ ਗੱਲ ਹੈ ਜੀ, ਹੈ ਨਾ। ਬਿਲਕੁਲ, ਸੋਚਣ ਵਾਲੀ ਗੱਲ ਹੈ। ਹਿੰਦੀ ਗੀਤ ਵੀ ਬਣੇ ਹੋਏ ਆ, ਲੇਕਿਨ ਪੰਜਾਬੀ ਗੀਤਾਂ ਦੇ ਆਪਣੀ ਰੀਸ ਹੈ। ਪੰਜਾਬੀ, ਹਾਂਜੀ, ਹਿੰਦੀ ਤਾਂ ਕੋਈ ਆਵੇ, ਤੁਸੀਂ ਕਹਿਣਾ ਹਿੰਦੀ, ਆਈ ਲਵ ਹਿੰਦੀ ਸੌਂਗਸ, ਕੀ ਕਰਾਂ। ਆਜ ਇਬਾਦਤ, ਆਜ ਇਬਾਦਤ ਰੂਬਰੂ ਹੋ ਗਈ, ਆਜ ਇਬਾਦਤ ਰੂਬਰੂ ਹੋ ਗਈ, ਜੋ ਮਾਂਗੀ ਥੀ, ਜੋ ਮਾਂਗੀ ਥੀ ਉਸ ਦੁਆ ਸੇ ਗੁਫ਼ਤਗੂ ਹੋ ਗਈ, ਆਜ ਇਬਾਦਤ ਰੂਬਰੂ ਹੋ ਗਈ,
ਉੱਚੀ ਡੋਰੀਓ ਵਾਹ ਡੋਰੀਓ ਡੋਰੀਓ ਸੀ ਵਾਹ ਕਮ ਔਨ ਮੈਨੂੰ ਤੂੰ ਬੰਦ ਲੈ ਪੱਕੀ ਯਾਰੀਆਂ ਯਾਰੀਓ ਯਾਰੀਓ ਸੇ ਹੁੰਦੀਆਂ ਫਾਸਲੇ ਏ ਨਾਰਾਜ਼ਗੀ ਕਾਗਜ਼ੀ ਸੋਰੀ ਤੇਰੀ ਮੇਰੇ ਸੋਹਣਿਆ ਸੁਣ ਲੈ ਮੇਰੀ ਦਿਲ ਦੀਆਂ ਗੱਲਾਂ ਕਰਾਂਗੇ ਨਾਲ ਬਹਿ ਕੇ ਅੱਖ ਨਾਲ ਅੱਖ ਨੂੰ ਮਿਲਾ ਕੇ ਦਿਲ ਦੀਆਂ ਗੱਲਾਂ ਕਰਾਂਗੇ ਰੋਜ਼ ਰੋਜ਼ ਬਹਿ ਕੇ ਸੱਚੀਆਂ ਮੁਹੱਬਤਾਂ ਨਿਭਾ ਕੇ ਵਾਹ ਵਾਹ ਕਿਆ ਬਾਤ ਇੱਕ ਤੁਸੀਂ ਨਾ ਉੱਥੇ ਮਹਿਫਿਲ 'ਚ ਸੁਣਾਇਆ ਸੀ ਕਲਯੁੱਗ ਦਾ ਗਾਣਾ ਕਲਯੁੱਗ ਫਿਲਮ ਦਾ ਗਾਣਾ ਤੁਸੀਂ ਅਤੇ ਰੂਹਾਨ ਨੇ ਦੋਨਾਂ ਨੇ ਸੁਣਾਇਆ ਸੀ ਇਟ ਵਾਜ਼ ਸੋ ਬਿਊਟੀਫੁਲ ਚਾਂਦ ਸਿਫਾਰਿਸ਼ ਅੱਜ ਮੈਂ ਰੂਹਾਨ ਨੂੰ ਮਿਸ ਕਰ ਰਹੀ ਹਾਂ ਤੁਹਾਡੇ ਨਾਲ ਹੈ ਨਾ ਬਹੁਤ ਐਸੀਆਂ ਤਾਨਾ ਲਗਾਉਂਦਾ ਉਹ ਚਾਂਦ ਸਿਫਾਰਿਸ਼ ਜੋ ਕਰਤਾ ਹਮਾਰੀ ਬੇਟਾ ਵੋ ਤੁਮਕੋ ਬਤਾ ਸ਼ਰਮ ਹਯਾ ਕੇ ਪਰਦੇ ਗਿਰਾ ਕੇ ਕਰਨੀ ਹੈ ਹਮਕੋ ਪਤਾ ਜ਼ਿੱਦ ਹੈ ਅਬ ਤੋ ਹੈ ਖੁਦ ਕੋ ਮਿਟਾਨਾ ਓ ਨਾ ਹੈ ਤੁਝ ਮੈਂ ਫਨਾ ਓ ਚਾਂਦ ਸਿਫਾਰਿਸ਼ ਜੋ ਕਰਤਾ ਹਮਾਰੀ ਦੇਤਾ ਵੋ ਤੁਮਕੋ ਤੇਰੀ ਅਦਾ ਵੀ ਹੈ ਚੌਂਕੇ ਵਾਲੀ ਛੂ ਕੇ ਗੁਜ਼ਰ ਜਾਣੀ ਸਾਨੀ ਸਾਨੀ ਧਾਨੀ ਦਾ ਤੇਰੀ ਲਚਕ ਹੈ ਕਿ ਜੈਸੇ ਡਾਲੀ ਦਿਲ ਮੇ ਉਤਰ ਜਾਣੇ ਦੇ ਆ ਜਾ ਬਾਹੋਂ ਮੈਂ ਕਰਕੇ ਬਹਾਨਾ ਉਹਨਾ ਹੈ ਤੁਮੇ ਬਣਾ ਚਾਂਦ ਸਿਫਾਰਿਸ਼ ਜੋ ਕਰਤਾ ਹਮਾਰੀ ਦੇਤਾ ਵੋ ਤੁਮਕੋ ਸੁਭਾਨ ਅੱਲਾ ਬੋਲ ਸੁਭਾਨ ਅੱਲਾ 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 ਮੈਂ ਲੱਗਦਾ ਮੈਂ ਵੀ ਮਸਤਾਨਾ ਜੀ ਕੋਲੋਂ ਲੈ ਲਾਂ ਥੋੜ੍ਹੇ ਜਿਹੇ ਲੈਸਨ ਹੈ ਨਾ ਕਿਉਂਕਿ ਜਿਹੜੇ ਅਸੀਂ ਪਹਿਲਾਂ ਤਾਂ ਸਿੱਖੇ ਹੋਏ ਨਾ ਭੁੱਲ ਭੱਲ ਕੇ ਗਾਇਆ ਹੀ ਨਹੀਂ ਕਦੇ ਗਾਉਂਦੇ ਨਹੀਂ ਰਿਮਾਇੰਡ ਹੁੰਦਾ ਰਹੇ ਬੰਦਾ ਰਿਆਜ਼ ਕਰਦਾ ਰਹੇ ਰਿਆਜ਼ਤ ਦੇ ਨਾਲ ਹੀ ਹੈ ਮਸਤਾਨਾ ਸਾਹਿਬ ਜੇ ਤੁਸੀਂ ਪਰਮਿਸ਼ਨ ਦਿਓ ਨਾ ਮੈਂ ਵੀ ਸਿੱਖਣਾ ਚਾਹਾਂਗੀ ਯੂ ਨੋ ਅੱਛਾ ਅਤੇ ਫਿਰ ਤੁਸੀਂ ਅੱਜ ਬੜੇ ਸੋਹਣੇ ਲੱਗ ਰਹੇ ਸਮਾਰਟ ਲੱਗ ਰਹੇ ਇਸ ਤਰ੍ਹਾਂ ਦੀ ਪੁਸ਼ਾਕ ਪਾਉਂਦੇ ਹੋ ਜਦੋਂ ਪ੍ਰੋਗਰਾਮ ਕਰਦੇ ਹੋ ਜ਼ਿਆਦਾ ਨੰਬਰ ਤੁਹਾਡੀ ਹੈ ਜੀ ਅੱਛਾ ਨਹੀਂ ਨਹੀਂ ਮਤਲਬ ਸਟੇਜ 'ਤੇ ਜਦੋਂ ਪਰਫੋਰਮ ਕਰਦੇ ਕਿਸ ਤਰ੍ਹਾਂ ਦੇ ਪਾਉਂਦੇ ਹੋ
ਕੋਈ ਸ਼ੇਰਵਾਨੀਆਂ ਜਾਂ ਕੁੜਤਾ ਪਜਾਮਾ? ਹਾਂਜੀ, ਪ੍ਰੋਗਰਾਮ ਦੇ ਹਿਸਾਬ ਨਾਲ ਹੀ ਧਾਰਮਿਕ ਪ੍ਰੋਗਰਾਮ ਹੈ ਤਾਂ ਕੁੜਤਾ ਪਜਾਮਾ, ਵਿਆਹ ਦਾ ਪ੍ਰੋਗਰਾਮ ਹੈ ਤਾਂ ਫਿਰ ਇਸ ਤਰ੍ਹਾਂ ਦਾ ਸੂਟ ਕੋਈ ਜਾਂ ਸ਼ੇਰਵਾਨੀ ਟਾਈਪ। ਹਾਂ, ਕਿਉਂਕਿ ਜਿਹੜੇ ਪ੍ਰੋਗਰਾਮ ਕਰਵਾਉਣਾ ਚਾਹੁਣ ਉਹਨਾਂ ਨੂੰ ਪਤਾ ਤਾਂ ਲੱਗੇ ਨਾ ਵੀ ਮੁੰਡਾ ਕੀ ਕੁਛ ਪਾ ਕੇ ਆਉਂਦਾ, ਕਿਹੋ ਜਿਹੇ ਨਜ਼ਾਰੇ ਦਿਖਾਉਂਦਾ। ਹਾਂਜੀ ਹਾਂਜੀ, ਪਾਉਣ ਨਾਲੋਂ ਮੈਨੂੰ ਜ਼ਿਆਦਾ ਲੱਗਦਾ ਵੀ ਜ਼ਿਆਦਾ ਗਾਣਾ। ਓਹੋ, ਪਹਿਲਾਂ ਸਟੇਜ ਦੀ ਪ੍ਰੈਜੈਂਸ ਜਿਹੜੀ ਹੈ, ਹਾਂਜੀ ਹਾਂਜੀ, ਉਹ ਬਹੁਤ ਜ਼ਰੂਰੀ ਹੈ। ਮੈਂ ਜਿੱਦਾਂ ਤੁਹਾਨੂੰ ਦੱਸ ਕੇ ਹਟਿਆ, ਜਿਸ ਤਰੀਕੇ ਦਾ ਪ੍ਰੋਗਰਾਮ ਹੁੰਦਾ ਉਸ ਤਰੀਕੇ ਦੇ ਫਿਰ ਡਰੈਸਅਪ ਕਰਨਾ ਚਾਹੀਦਾ। ਮੈਂ ਤੁਹਾਨੂੰ ਦੱਸਦੀ ਹਾਂ, ਇੱਕ ਵਾਰੀ ਮੈਂ ਨਾ ਹੋਸਟ ਕਰ ਰਹੀ ਸੀ ਸ਼ੋਅ, ਤਾਂ ਉਹ ਅੱਧਾ ਸ਼ੋਅ ਲੰਘ ਗਿਆ ਤਾਂ ਕਈ ਬਜ਼ੁਰਗ ਮੈਨੂੰ ਕਹਿੰਦੀ ਆ ਵੀ ਉਹ ਸਿੰਗਰ ਕਦੋਂ ਆਊਗਾ, ਕਿਉਂਕਿ ਉਹਨੇ ਜੀਨ ਨਾਲ ਗਾਣੇ ਗਾਏ ਸੀ, ਜੀਨ ਪਾਈ ਹੋਈ ਸੀਗੀ। ਮੈਂ ਕਿਹਾ ਜੀ ਸਿੰਗਰ ਕਦੋਂ ਆਊਗਾ, ਸਿੰਗਰ ਤਾਂ ਅੱਧਾ ਪ੍ਰੋਗਰਾਮ ਕਰ ਚੁੱਕਿਆ। ਕਹਿੰਦੇ ਅੱਛਾ, ਕਹਿੰਦੇ ਅਸੀਂ ਸੋਚ ਰਹੇ ਸੀ ਉਹ ਚਾਦਰਾ ਤੇ ਕੁੜਤਾ ਪਾ ਕੇ ਆਏਗਾ, ਇੱਕ ਛਵੀ ਬਣੀ ਹੁੰਦੀ ਨਾ ਆਡੀਅੰਸ ਦੇ ਦਿਮਾਗ ਦੇ ਵਿੱਚ ਸਿੰਗਰ। ਮੈਂ ਨਾ ਪਿੱਛੇ ਭੱਜੀ ਉਹਦੇ ਮੁੰਡੇ ਦੇ, ਮੈਂ ਕਿਹਾ ਗੱਲ ਸੁਣ ਤੇਰੇ ਕੋਲ ਹੈਗਾ ਉਹ ਚਾਦਰਾ? ਤੇ ਉਹ ਕਹਿੰਦਾ ਹਾਂਜੀ। ਮੈਂ ਕਿਹਾ ਫਿਰ ਉਹ ਪਾ ਕੇ ਆ। ਮੈਂ ਕਿਹਾ ਉਹ ਕਈ ਤਾਂ ਮੈਨੂੰ ਪੁੱਛੀ ਜਾਂਦੇ ਉਹਨੇ ਸਿੰਗਰ ਨੇ ਕਦੋਂ ਆਉਣਾ। ਸੋ ਫਿਰ ਉਹ ਪਾ ਕੇ ਆਇਆ ਤੇ ਸਟੇਜ ਤੇ ਉਹਦਾ ਰੰਗ ਲਹਿਦਾ ਹੀ ਸੀ। ਬਿਲਕੁਲ ਬਿਲਕੁਲ, ਜਦੋਂ ਤੁਸੀਂ ਵੈਲ ਡਰੈਸਡ ਹੁੰਦੇ ਆ, ਦੈਟਸ ਰਾਈਟ, ਆਪਣੀ ਦੇਖੋ ਜਿਹੜੀ ਪਰਸਨਲ ਜ਼ਿੰਦਗੀ ਆ ਹੋਰ ਆ, ਪਰ ਜਿਹੜੀ ਸਟੇਜੀ ਲਾਈਫ ਆ ਆਡੀਅੰਸ ਆਡੀਅੰਸ ਦੇ ਨਾਲ ਜਦੋਂ ਤੁਸੀਂ ਗੈਟ ਟੂਗੈਦਰ ਹੁੰਦੇ ਆ ਤਾਂ ਉਹ ਤੁਹਾਡੀ ਜ਼ਿੰਦਗੀ ਵੱਖਰੀ ਆ, ਔਰ ਉਸ ਚੀਜ਼ ਦਾ ਮਜ਼ਾ ਵੀ ਆਉਂਦਾ। ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿੰਨਾ ਚਿਰ ਆਰਮੀ ਵਾਲੇ ਆਪਣੀ ਯੂਨੀਫਾਰਮ 'ਚ ਨਾ ਹੋਣ ਨਾ, ਹਾਂਜੀ ਹਾਂਜੀ, ਅਤੇ ਆਮ ਵਾਲੇ ਕੱਪੜਿਆਂ ਵਾਲੇ ਕਿਹੜਾ ਪਤਾ ਲੱਗੂ ਇਹ ਆਰਮੀ 'ਚ ਮੁੰਡਾ? ਹਾਂ ਬਿਲਕੁਲ ਬਿਲਕੁਲ, ਹੈ ਨਾ। ਸੋ ਕਹਿੰਦੇ ਨਾ ਉਸ ਯੂਨੀਫਾਰਮ 'ਚ ਉਸ ਕੋਸਟਿਊਮ 'ਚ ਜ਼ਰੂਰ ਆਪਣੇ ਆਪ ਨੂੰ ਢਾਲਣਾ ਚਾਹੀਦਾ ਤਾਂ ਕਿ ਉਹ ਤੁਹਾਨੂੰ ਜੋਸ਼ ਆਉਂਦਾ। ਬਿਲਕੁਲ ਬਿਲਕੁਲ। ਸੋ ਇਹ ਚੀਜ਼ਾਂ ਦਾ ਮਤਲਬ ਧਿਆਨ ਰੱਖਣਾ ਵੀ ਚਾਹੀਦਾ, ਪਰ ਮੈਨੂੰ ਪਤਾ ਤੁਸੀਂ ਰੱਖਦੇ ਹੋ ਵੀ ਤੁਸੀਂ ਸਾਰੇ ਐਕਸਪਰਟ ਹੋ, ਮੈਂ ਐਵੇਂ ਐਵੇਂ ਸਿੱਖਿਆਵਾਂ ਦੇਣ ਲੱਗ ਜਾਂਦੀ, ਲੇਕਿਨ ਇਹ ਚੀਜ਼ਾਂ ਦਾ ਵੀ ਨਾ ਧਿਆਨ ਰੱਖਣਾ ਚਾਹੀਦਾ। ਤੁਹਾਡੀਆਂ ਕਈਆਂ ਗੱਲਾਂ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਂਦੀਆਂ, ਕਦੇ ਯਾਦ ਆ ਜਾਂਦਾ ਵੀ ਹਾਂ ਜਗਦੀਪ ਜੀ ਨੇ ਇੱਦਾਂ ਕਿਹਾ ਸੀ, ਉਹ ਇੱਥੇ ਗੱਲ ਲਾਗੂ ਹੋ ਰਹੀ ਹੈ। ਮੈਂ ਤੁਸੀਂ ਬਹੁਤ ਸਟੇਜ ਪ੍ਰੈਜੈਂਸ ਦੀ ਨਾ ਬਹੁਤ ਚਾਹੀਦੀ ਹੈ। ਯੂਨੋ, ਮੈਂ ਹਰੇਕ ਸਿੰਗਰ ਨੂੰ ਕਹਿੰਦੀ ਹੁੰਦੀ ਹਾਂ ਕਿ ਜੇ ਤੁਸੀਂ ਸਟੇਜ 'ਤੇ, ਕਈ ਪ੍ਰੋਗਰਾਮ ਐਸੇ ਹੁੰਦੇ ਵੀ ਜੀਨ ਨਾਲ ਵੀ ਗਾਇਆ ਹੋ, ਜਦੋਂ ਮੁੰਡੇ ਮੁੰਡੇ ਹੋਣ ਜ਼ਰਾ, ਯੂਨੋ, ਡਜ਼ਨਟ ਮੈਟਰ, ਪਰ ਇਹ ਬਹੁਤ ਜ਼ਰੂਰੀ ਹੈ। ਹੁਣ ਅਸੀਂ ਜਾਂਦੇ ਹਾਂ ਕਿਤੇ ਸਟੇਜ 'ਤੇ ਹੋਸਟ ਕਰਨ, ਜਦੋਂ ਅਸੀਂ ਸਟੇਜ 'ਤੇ ਜਾਣਾ, ਸਭ ਨੇ ਦੇਖਣਾ ਅੱਜ ਕੀ ਪਾਇਆ ਜਗਦੀਪ ਨੇ ਜਾਂ ਕਿਸੇ ਨੇ ਕੀ ਪਾਇਆ, ਕੋਈ ਵੀ ਹੋਸਟ ਕਰਦਾ, ਨੋਟ ਮੀ। ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਹਾਂਜੀ, ਕੀ ਸੁਣਾਓਗੇ ਹੋਰ ਵਿੱਚ? ਮੈਂ ਤੁਹਾਨੂੰ ਕਹਿਣਾ ਗੱਲਾਂ ਥੋੜ੍ਹੀਆਂ, ਅੱਜ ਤੁਹਾਡੇ ਕੋਲ ਸੁਣਨਾ ਹੀ ਹੈ, ਸੌਣ ਦਾ ਮਹੀਨਾ। ਹਾਂ, ਦੈਟਸ ਇਟ। ਇੱਕ ਗੀਤ ਥੋੜ੍ਹੇ ਦਿਨਾਂ ਦੇ ਵਿੱਚ ਰਿਲੀਜ਼ ਕਰ ਰਹੇ ਹਾਂ, ਮਿਊਜ਼ਿਕ ਮੈਂਟਸ ਕੰਪਨੀ ਤੋਂ ਬਿਲਕੁਲ ਨਰ ਸਰ ਉਹ ਕਰ ਰਹੇ ਰਿਲੀਜ਼ ਗਾਣਾ, ਉਹ ਮੈਂ ਸੁਣਾਵਾਂਗਾ। ਚੰਨ ਜਿਹਾ ਸੋਹਣਾ ਮੁੱਖ ਫੱਬੇ ਰੂਪ ਇਹਨਾਂ ਦਾ ਦਿਲ ਚੋਬਰਾਂ ਦੇ ਠੱਗੇ ਗਾਨੀ ਟਿੱਕਾ ਚੰਨ ਜਿਹਾ ਸੋਹਣਾ ਮੁੱਖ ਫੱਬੇ ਰੂਪ ਇਹਨਾਂ ਦਾ ਦਿਲ ਚੋਬਰਾਂ ਦੇ ਠੱਗੇ ਉਹ ਪਾ ਕੇ ਗਿੱਧੇ ਚ ਧਮਾਲ ਅੱਜ ਛਾਈਆਂ
ਪਾ ਕੇ ਗਿੱਧੇ ਚ ਧਮਾਲ ਅੱਜ ਛਾਈਆਂ ਉਹ ਪਰੀਆਂ ਇੰਦਰ ਦੀਆਂ ਉਹ ਪਰੀਆਂ ਇੰਦਰ ਦੀਆਂ ਅੱਜ ਨੱਚਣ ਤੀਆਂ ਵਿੱਚ ਆਈਆਂ ਪਰੀਆਂ ਇੰਦਰ ਦੀਆਂ ਅੱਜ ਨੱਚਣ ਤੀਆਂ ਵਿੱਚ ਆਈਆਂ ਕਿਆ ਬਾਤ ਹੈ ਕਿਆ ਬਾਤ ਹੈ ਵਾਹ 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 ਇਹ ਰਿਕਾਰਡ ਕਰਨਾ ਹਲੇ ਨਹੀਂ ਰਿਕਾਰਡ ਹੋ ਚੁੱਕਾ ਜੀ ਵੀਡੀਓ ਵੀ ਹੋ ਗਿਆ ਇਹਦਾ ਥੋੜ੍ਹੇ ਦਿਨਾਂ ਦੇ ਵਿੱਚ ਰਿਲੀਜ਼ ਕਰ ਦੇਣਾ ਅੱਛਾ ਕਿਹਨੇ ਬਣਾਇਆ ਮਿਊਜ਼ਿਕ ਇਹਦਾ ਮਿਊਜ਼ਿਕ ਜਲੰਧਰ ਤੋਂ ਸਾਰੰਗ ਵਿੱਕੀ ਸਾਹਿਬ ਅੱਛਾ 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 ਅਤੇ ਲਿਖਿਆ ਕਿਹਨੇ ਲਿਖਿਆ ਜੀ ਮਨਜੀਤ ਸੋਹੰਗੜਾ ਜੀ ਦੀ ਕਲਮ ਤੋਂ ਲਿਖਿਆ ਇਹਦੇ ਵਿੱਚ ਬੋਲੀਆਂ ਐਡ ਕੀਤੀਆਂ ਸੀ ਉਹ ਗੁਰੂ ਜੀ ਦੀਆਂ ਲਿਖੀਆਂ ਮੈਂ ਇਹੀ ਕਹਿਣ ਲੱਗੀ ਸੀਗੀ ਕਿ ਗੁਰੂ ਜੀ ਤਾਂ ਬੜਾ ਸੋਹਣਾ ਲਿਖਦੇ ਆ ਹਾਂ ਵੀ ਕੰਮ ਗੁਰੂ ਜੀ ਨੇ ਵਿੱਚ ਕੁਛ ਲਿਖਿਆ ਨਹੀਂ ਕੀਤਾ ਜੀ ਗੁਰੂ ਜੀ ਦੀ ਇਨਵੋਲਵਮੈਂਟ ਤੋਂ ਬਿਨਾਂ ਮੇਰਾ ਕੋਈ ਗਾਣਾ ਨਹੀਂ ਕੋਈ ਪ੍ਰੋਜੈਕਟ ਨਹੀਂ ਸਾਰਾ ਉਹਨਾਂ ਦੀ ਅੱਛਾ ਅੱਛਾ ਦੇਖ ਰੇਖ ਦੇ ਹੇਠ ਹੁੰਦਾ ਜੀ ਉਹਨਾਂ ਨੇ ਬੋਲੀਆਂ ਕੁਛ ਲਿਖੀਆਂ ਹਾਂਜੀ ਉਹਨਾਂ ਦੀ ਕਦੀ ਬੋਲੀ ਸੁਣਾਓ ਦੋਸਤੋ ਤੁਸੀਂ ਸੋਚਦੇ ਹੋਣੇ ਵੀ ਇਹ ਗੁਰੂ ਜੀ ਕਿਹਨਾਂ ਦੀ ਗੱਲ ਕਰ ਰਹੇ ਸਾਡੇ ਬਲਦੇਵ ਮਸਤਾਨਾ ਜੀ ਜਿਹਨਾਂ ਕੋਲੋਂ ਬੜੇ ਜਣਿਆਂ ਨੇ ਸਿੰਗਰਸ ਨੇ ਸਿੱਖਿਆ ਗਾਣਾ ਅਤੇ ਉਹ ਸਭ ਨੂੰ ਸਿਖਾਉਂਦੇ ਵੀ ਹੈ ਅਤੇ ਗਾਉਂਦੇ ਵੀ ਹੈ ਅਤੇ ਮੈਂ ਹਮੇਸ਼ਾ ਦੱਸਦੀ ਹੁੰਦੀ ਹਾਂ ਕਿ ਉਹਨਾਂ ਦੀ ਵਾਈਫ ਵੀ ਚੰਡੀਗੜ੍ਹ ਤੋਂ ਹੈ ਅਨਦਰ ਐਡੀਸ਼ਨ ਹਾਂਜੀ ਨਾਲ ਫਿਰ ਤਾੜੀ ਮਾਰਿਓ ਆਓ ਨੀ ਸਹੇਲੀਓ ਨੱਚ ਨੱਚ ਧਰਤ ਹਿਲਾਓ ਨੀ ਸਹੇਲੀਓ ਆਓ ਨੀ ਸਹੇਲੀਓ ਆਓ ਨੀ ਸਹੇਲੀਓ ਨੱਚ ਨੱਚ ਧਰਤ ਹਿਲਾਓ ਨੀ ਸਹੇਲੀਓ ਕਿੱਕਲੀਆਂ ਪਾਓ ਪੀਂਗ ਅੰਬਰੀ ਚੜਾਓ ਕਿੱਕਲੀਆਂ ਪਾਓ ਪੀਂਗ ਅੰਬਰੀ ਚੜਾਓ ਲਈਏ ਰਾਜ ਰਾਜ ਧੀਆਂ ਦੇ ਨਜ਼ਾਰੇ ਨੀ ਆ ਜਾ ਚੰਦ ਬਣ ਕੇ ਚੰਦ ਕੋਰੇ ਮੁੰਡਿਆਰੇ ਨੀ ਆ ਜਾ ਚੰਦ ਬਣ ਕੇ ਚੰਦ ਕੋਰੇ ਮੁੰਡਿਆਰੇ ਨੀ ਆ ਜਾ ਚੰਦ ਬਣ ਕੇ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਮਸਤਾਨਾ ਸਾਹਿਬ ਨੇ ਲਿਖਿਆ ਹਰ ਇੱਕ ਜਿੱਦਾਂ ਇੱਕ ਸਟੈਂਜਾ ਗੀਤ ਦਾ ਫਿਰ ਇੱਕ ਬੋਲੀ ਆ ਫਿਰ ਇੱਕ ਗੀਤ ਦਾ ਸਟੈਂਜਾ ਇੱਕ ਬੋਲੀ ਵਾਹ ਕਿਆ ਬਾਤ ਹੈ ਮੈਨੂੰ ਲੱਗਦਾ ਇਹ ਰੌਣਕਾਂ ਲਾਣਗੇ ਤੀਆਂ ਦੇ ਵਿੱਚ ਹੈ ਨਾ ਮੇਲਿਆਂ ਦੇ ਵਿੱਚ ਮੇਲੇ 'ਚ ਰੌਣਕ ਲੱਗਣੀ ਚਾਹੀਦੀ ਮਸਤਾਨਾ ਸਾਹਿਬ ਤੋਂ ਮੈਨੂੰ ਯਾਦ ਆਇਆ ਹੰਸਰਾਜ ਜੀ ਦੇ ਗੀਤ ਬੜੇ ਇਹਨਾਂ ਨੇ ਲਿਖੇ ਬਹੁਤ ਮਕਬੂਲ ਹੋਏ ਮਿਊਜ਼ਿਕ ਮਿਊਜ਼ਿਕ ਕੀਤਾ ਜੀ ਮਿਊਜ਼ਿਕ ਇਹਨਾਂ ਨੇ ਲਿਖੇ ਵੀ ਇਹਨਾਂ ਨੇ ਗੀਤ ਮਸਤਾਨਾ ਸਾਹਿਬ ਨੇ ਲਿਖੇ ਵੀ ਹੈ ਅਤੇ ਮਿਊਜ਼ਿਕ ਵੀ ਇਹਨਾਂ ਨੇ ਬਣਾਇਆ ਸੀ ਉਸ ਪੂਰੀ ਸੀ ਡੀ ਮੈਂ ਇੰਨੀ ਰੇਡੀਓ 'ਤੇ ਲਾਉਂਦੀ ਸੀ ਨਾ ਉਸਨੂੰ ਉਹਨਾਂ 'ਚੋਂ ਕੋਈ ਗੀਤ ਪਤਾ ਕੋਈ ਹੰਸਰਾਜ ਜੀ ਦਾ ਕੋਈ ਹੰਸਰਾਜ ਜੀ ਦਾ ਸੁਣਾ ਗੁਰੂ ਜੀ ਦੇ ਮਿਊਜ਼ਿਕ ਦੇ ਵਿੱਚ ਲਿਖਿਆ ਅਲਮਸਤ ਦੇਸਰਪੁਰੀ ਸਾਹਿਬ ਦਾ ਲਿਖਿਆ ਗੀਤ ਹੈ ਮੈਨੂੰ ਬਹੁਤ ਚੰਗਾ ਲੱਗਦਾ ਬਹੁਤ ਪਸੰਦ ਹੈ ਚੁੱਕ ਕੇ ਜੱਟੀ ਦੀ ਡੋਲੀ ਲੈ ਗਏ ਨੇ ਕੁਹਾਰ ਰਾਂਝਣਾ ਵਿਚਾਰਾ ਰਿਹਾ ਖੜਾ ਭੁੱਬਾ ਮਾਰ ਰਾਂਝਣਾ ਵਿਚਾਰਾ ਰਿਹਾ ਖੜਾ ਭੁੱਬਾ ਮਾਰ ਰਾਂਝੇ ਨਾਲ ਹੀਰੇ ਨੀ ਤੂੰ ਜ਼ੁਲਮ ਕਮਾਇਆ ਰਾਂਝੇ ਨਾਲ ਹੀਰੇ ਨੀ ਤੂੰ ਜ਼ੁਲਮ ਕਮਾਇਆ ਹੱਥ ਜੱਟ ਦੇ ਫੜਾ ਗਈਏ ਠੂਠਾ ਖੇੜਿਆਂ ਨੂੰ ਲਈ ਜਾਂਦਾ ਏ ਕੋਈ ਪੱਟ ਕੇ ਸਿਆਲੋ ਬੂਟਾ ਖੇੜਿਆਂ ਨੂੰ ਲਈ ਜਾਂਦਾ ਏ ਉਹ ਬਾਰਾਂ ਸਾਲ ਮੱਝੀਆਂ ਚਰਾਈਆਂ ਵੈਰ ਨੇ ਤੂੰ ਕੁੱਟ ਕੁੱਟ ਚੋਰੀਆਂ ਖਵਾਈਆਂ ਵੈਰ ਨੇ ਖਵਾਈਆਂ ਵੈਰ ਨੇ ਚੌਧਰੀ ਦਾ ਪੁੱਤ ਤੇਰੇ ਪੇਕਿਆਂ ਦੇ ਪਿੰਡ ਚੌਧਰੀ ਦਾ ਪੁੱਤ ਤੇਰੇ ਪੇਕਿਆਂ ਦੇ ਪਿੰਡ ਹੀਰੇ ਹੋ ਗਿਆ ਸਭਾ ਦੇ ਵਿੱਚ ਝੂਠਾ ਖੇੜਿਆਂ ਨੂੰ ਲਈ ਜਾਂਦਾ ਏ ਕੋਈ ਪੱਟ ਕੇ ਸਿਆਲੋ ਬੂਟਾ ਖੇੜਿਆਂ ਨੂੰ ਲਈ ਜਾਂਦਾ ਏ ਕਿਆ ਬਾਤ ਹੈ ਕਿਆ ਬਾਤ ਹੈ
ਹੰਸ ਰਾਜ ਜੀ ਦਾ ਇੱਕ ਗੀਤ ਮੈਂ ਜ਼ਰੂਰ ਜਾਣ ਤੋਂ ਪਹਿਲਾਂ ਸੁਣਨਾ ਚਾਹਾਂਗੀ। ਆਪਾਂ ਦੋਵੇਂ ਰੁੱਸ ਗਏ ਤਾਂ ਮੈਂ ਨਾਮ ਕੌਣ ਵੇ ਯੂ ਨੋ ਹਾਏ ਹਾਏ ਸੁਣਾਓ ਜੀ ਵਕਤ ਹੋਤਾ ਜਾ ਰਿਹਾ ਹੈ। ਵੇ ਮੈਨੂੰ ਕੀ ਮਨਾਉਣਾ ਸੀ ਤੂੰ ਆਪ ਰੁੱਸ ਚੱਲਿਆ ਵੇ ਮੈਨੂੰ ਸਮਝਾਉਂਦਾ ਸੀ ਤੂੰ ਆਪ ਉੱਕ ਚੱਲੇ ਜੱਗ ਵੇਖਦੇ ਤਮਾਸ਼ਾ ਵੇਖਦੇ ਤਮਾਸ਼ਾ ਗੜ ਲਾਊ ਕੌਣ ਵੇ ਜੇ ਆਪਾਂ ਦੋਵੇਂ ਬੈਠੇ ਤਾਂ ਮਨਾਊ ਕੌਣ ਵੇ ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ ਹਾਏ ਮਨਾਊ ਕੌਣ ਵੇ। ਕਿਆ ਬਾਤ ਹੈ ਕਿਆ ਬਾਤ ਹੈ। ਇਹ ਸਾਡੇ ਮੰਮੀ ਸਾਹਿਬ ਜੀ ਨੂੰ ਬੜਾ ਗੀਤ ਪਸੰਦ ਹੈ ਯੂ ਨੋ ਪਿਛਲੀ ਵਾਰੀ ਕੋਈ ਸਿੰਗਰ ਆਇਆ ਸੀ ਉਹਦੇ ਰਹਿ ਗਿਆ ਸੀ ਗਾਣਾ ਮੈਂ ਕਿਹਾ ਕੋਈ ਨਾ ਸਿੰਗਰ ਆਉਂਦੇ ਜਾਂਦੇ ਆ ਤਾਂ ਮੈਨੂੰ ਤੁਹਾਡਾ ਪਤਾ ਕਿ ਤੁਸੀਂ ਜਿਹੜਾ ਵੀ ਗੀਤ ਅਸੀਂ ਕਹਾਂਗੇ ਨਾ ਦੋਸਤੋ ਜਿਹੜਾ ਵੀ ਗੀਤ ਦੀ ਫਰਮਾਇਸ਼ ਕਿੱਥੇ ਵੀ ਕੋਈ ਸ਼ੋਅ ਹੋ ਰਿਹਾ ਨਾ ਇਹਨਾਂ ਦਾ ਕਰੋ ਬੁੱਕ ਮੈਂ ਤਾਂ ਕਹਿੰਦੀ ਹਾਂ ਇਹ ਕਾਕਾ ਹਾਲੇ ਹੁਣੇ ਆਇਆ ਅਤੇ ਜਿਹੜੀ ਫਰਮਾਇਸ਼ ਕਰੋਗੇ ਨਾ ਇਹ ਗਾਉਂਦੇ ਹੈ ਗੀਤ ਕਹਿ ਲਓ ਗਜ਼ਲ ਕਹਿ ਲਓ ਕਵਾਲੀ ਕਹਿ ਲਓ ਪੰਜਾਬੀ ਦੇ ਕਹਿ ਲਓ ਹਿੰਦੀ ਦੇ ਕਹਿ ਲਓ ਹੀ ਸੋ ਐਕਸਪਰਟ ਆਈ ਲਵ ਹਿਜ਼ ਵੋਇਸ ਯੂ ਨੋ ਸੋ ਹਮੇਸ਼ਾ ਆਪਾਂ ਨੂੰ ਕਿਸੇ ਦੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਸਾਡੀ ਵੀ ਸਪੋਰਟ ਕਿਸੇ ਨੇ ਕੀਤੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਤਾਂ ਆਪਾਂ ਵੀ ਕਿਸੇ ਦੀ ਸਪੋਰਟ ਕਰਾਂਗੇ। ਮੈਂ ਹਮੇਸ਼ਾ ਕਹਿ ਕੇ ਜਾਂਦੀ ਹਾਂ ਆਪਣੇ ਪ੍ਰੋਗਰਾਮ 'ਚ ਕਿਸੇ ਦਾ ਵੀ ਖਿਆਲ ਰੱਖੋ ਆਪਣਾ ਤਾਂ ਸਾਰੀ ਦੁਨੀਆ ਰੱਖਦੀ ਹੈ ਆਪਾਂ ਆਪਣੇ ਲਈ ਤਾਂ ਬਹੁਤ ਜੀਂਦੇ ਹਾਂ ਜੀਣਾ ਉਹੀ ਹੈ ਜੇ ਆਪਾਂ ਕਿਸੇ ਲਈ ਜੀਏ ਕਿਸੇ ਨੂੰ ਸਪੋਰਟ ਕਰੀਏ ਕਿਸੇ ਦਾ ਸਹਾਰਾ ਬਣੀਏ ਕਿਸੇ ਦੇ ਹਮਦਰਦ ਬਣੀਏ ਇਹ ਦੁਨੀਆ 'ਚ ਬਹੁਤ ਥੋੜ੍ਹੀ ਚੀਜ਼ ਹੈ ਇਹਨੂੰ ਕਰਕੇ ਦੇਖੋ ਉੱਪਰ ਵਾਲਾ ਤਾਂ ਆਪੇ ਦਿੰਦਾ ਤੁਹਾਨੂੰ ਕੋਈ ਉੱਪਰ ਵਾਲਾ ਆਪ ਨੀਚੇ ਨਹੀਂ ਆਉਂਦਾ ਕੋਈ ਏਜੰਟ ਬਣਾ ਦਿੰਦਾ ਕਿਸੇ ਦੇ ਥਰੂ ਕਿਸੇ ਦਾ ਭਲਾ ਕਰਨਾ ਕਰਿਆ ਕਰੋ ਭਲਾ ਸਾਡੇ ਕੋਲੋਂ ਵੀ ਜਿੰਨਾ ਕੁ ਹੁੰਦਾ ਅਸੀਂ ਕਰਦੇ ਹਾਂ ਲੇਕਿਨ ਦਿਲ 'ਚ ਬੜੀ ਇੱਛਾ ਰੱਖਦੇ ਹਾਂ ਕਿ ਸਭ ਦੀ ਸਪੋਰਟ ਕਰੀਏ ਕਿ ਸਭ ਨੂੰ ਕੁਛ ਦੇ ਕੇ ਜਾਈਏ। ਜ਼ਿੰਦਗੀ ਦਾ ਕੀ ਭਰੋਸਾ ਹੈ ਕੱਲ੍ਹ ਦਾ ਨਾ ਘੜੀ ਦਾ ਨਾ ਪਲ ਦਾ ਬਿਲਕੁਲ ਹੀ। ਹਾਂਜੀ ਅਤੇ ਕਿੰਨੀ ਦੇਰ ਰਹਿਣਾ ਇੱਥੇ ਜਨਾਬ ਨੇ ਮੈਂ ਦੁਬਾਰਾ ਬੁਲਾਉਣਾ ਚਾਹੂੰਗੀ ਫਿਰ ਜ਼ਰੂਰ ਮੈਂ ਆਊਂਗਾ ਜੀ ਹੈ ਨਾ ਮੈਂ ਸਪਟੰਬਰ ਲਾਸਟ ਤੱਕ ਇੱਥੇ ਹੈਗੇ ਯੂ ਨੋ ਕੋਈ ਇੱਕ ਦੋ ਵਾਰ ਤਾਂ ਹੋਰ ਬੁਲਾਉਂਗੀ ਕੋਈ ਨਾ ਕੋਈ ਆਉਣ ਦਾ ਜਾਣ ਦਾ ਤੁਹਾਡਾ ਛਿੰਦਾ ਸਾਹਿਬ ਅਤੇ ਮਸਤਾਨਾ ਜੀ ਅਤੇ ਮਨਰਾਜ ਆਪੇ ਕਰਨ ਮੈਨੂੰ ਪਤਾ ਹੈ ਆਉਣਾ ਜਾਣਾ ਕੋਵੈਂਟੀ ਤੋਂ ਇਸ ਡਿਫੀਕਲਟ ਲੇਕਿਨ ਉਹ ਆਪੇ ਤੁਹਾਡਾ ਬਣਾਉਣਗੇ ਕੁਛ ਨਾ ਕੁਛ ਅਤੇ ਅਖੀਰ ਵਿੱਚ ਕੀ ਕਹਿਣਾ ਚਾਹੋਗੇ ਕੁਇਕ ਵਨ ਜਿਹੜਾ ਭੱਜ ਗਿਆ ਅਖੀਰ ਵਿੱਚ ਬਸ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਿਲਕੁਨਰ ਸਰ ਦਾ ਸ਼ਿੰਦਾ ਸੁਰੀਲਾ ਜੀ ਦਾ ਔਰ ਗੁਰੂ ਜੀ ਜਨਾਬ ਬਲਦੇਵ ਮਸਤਾਨਾ ਸਾਹਿਬ ਦਾ ਔਰ ਸੋਮ ਥਿੰਦ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਦੇਖਣ ਵਾਲੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਕਾਂਛੀ ਟੀ ਵੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਦੇਖਿਆ ਜਿਨ੍ਹਾਂ ਨੇ ਨਹੀਂ ਦੇਖਿਆ ਰਿਪੀਟ ਹੋਏਗਾ ਹਾਂਜੀ ਇਹ ਸੈਟਰਡੇ ਨੂੰ ਰਿਪੀਟ ਹੋਏਗਾ ਯੂਟਿਊਬ 'ਤੇ ਵੀ ਪੈ ਜੂਗਾ ਕੱਲ੍ਹ ਸਾਡੇ ਮੰਮੀ ਸਾਹਿਬ ਪਾਣਗੇ ਯੂਟਿਊਬ 'ਤੇ ਔਰ ਸਾਡੀ ਮੈਨੇਜਮੈਂਟ ਦਾ ਬਹੁਤ ਸ਼ੁਕਰੀਆ ਅਸੀਂ ਅਦਾ ਕਰਾਂਗੇ ਕਿ ਉਹ ਵਕਤ ਦਿੰਦੇ ਆ ਆਪਣਾ ਪਲੇਟਫਾਰਮ ਦਿੰਦੇ ਆ ਬਿਲਕੁਲ ਕਿ ਆਪਣਾ ਹੁਨਰ ਦਿਖਾਉਣ ਵਾਸਤੇ ਕਿਉਂਕਿ ਉਹ ਕੋਈ ਟੈਲੀਵਿਜ਼ਨ ਜੇ ਚੱਲੀ ਜਾਵੇ ਉਸ ਕੁਛ ਦਿਖਾਉਣ ਨਾ ਅੱਛਾ ਤਾਂ ਦੁਨੀਆਂ ਨੂੰ ਚੰਗਾ ਨਹੀਂ ਲੱਗਦਾ ਬਿਲਕੁਲ ਸੋ ਅਸੀਂ ਸਾਰੇ ਸਿੰਗਰਸ ਦਾ ਹੁਨਰ ਦਿਖਾਉਂਦੇ ਹਾਂ ਇੱਥੇ ਕਿ ਵੀ ਦੁਨੀਆਂ 'ਚ ਇਹ ਇਹ ਸਿੰਗਰ ਵੀ ਆਏ ਹੋਏ ਆ ਇਹ ਇਸ ਤਰ੍ਹਾਂ ਦਾ ਗਾਉਂਦੇ ਆ ਸੋ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਾਂਗੇ ਥੈਂਕ ਯੂ ਜਗਦੀਪ ਜੀ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਲਓ ਦੋਸਤੋ
ਸ਼ੁਕਰੀਆ ਅਦਾ ਕਰਾਂਗੇ ਅਸੀਂ ਅਮਿਤ ਅਨਵਰ ਜੀ ਦਾ, ਜਿਨ੍ਹਾਂ ਨੇ ਕਾਂਸ਼ੀ ਟੀ ਵੀ ਦੇ ਵਿਹੜੇ 'ਚ ਆ ਕੇ ਬੜੀ ਹੀ ਰੌਣਕ ਲਗਾਈ। ਮੇਰੇ ਦਿਲ ਦੀ ਤਮੰਨਾ ਆਰਜ਼ੂ ਹੈ ਕਿ ਮੈਂ ਇਹਨਾਂ ਨੂੰ ਦੁਬਾਰਾ ਜ਼ਰੂਰ ਬੁਲਾਵਾਂ ਤਾਂ ਕਿ ਅਸੀਂ ਹੋਰ ਗੀਤ ਸੰਗੀਤ ਇਹਨਾਂ ਕੋਲੋਂ ਸੁਣੀਏ ਔਰ ਇਹਨਾਂ ਨੂੰ ਸਹਰਾਈਏ ਔਰ ਇਹਨਾਂ ਦੇ ਹੌਸਲੇ ਬੁਲੰਦ ਕਰੀਏ। ਔਰ ਕਾਂਸ਼ੀ ਟੀ ਵੀ ਦਾ ਵੀ ਹੌਸਲਾ ਤੁਸੀਂ ਇਸ ਤਰ੍ਹਾਂ ਹੀ ਬੁਲੰਦ ਰੱਖਣਾ ਹੈ। ਕਾਂਸ਼ੀ ਟੀ ਵੀ ਨੂੰ ਤੁਸੀਂ ਮਾਲੀ ਤੌਰ 'ਤੇ ਅਤੇ ਵਾਲੰਟੀਅਰ ਤੌਰ 'ਤੇ ਕੁਛ ਕਰ ਸਕਦੇ ਹੋ ਕਾਂਸ਼ੀ ਟੀ ਵੀ ਦਾ, ਤਾਂ ਜ਼ਰੂਰ ਕਰਿਆ ਕਰੋ ਤਾਂ ਕਿ ਇਹਨਾਂ ਦੇ ਵੀ ਹੌਸਲੇ ਮੈਨੇਜਮੈਂਟ ਦੇ ਵੀ ਇਸ ਤਰ੍ਹਾਂ ਹੀ ਬੁਲੰਦ ਰਹਿਣ, ਤਾਂ ਇਸ ਤਰ੍ਹਾਂ ਹੀ ਕਾਂਸ਼ੀ ਟੀ ਵੀ ਨੂੰ ਚੱਲਦੇ ਅਸੀਂ ਦੇਖਣਾ ਚਾਹੁੰਦੇ ਹਾਂ। ਸੋ ਹੁਣ ਮੈਂ ਅਗਲੇ ਟਿਊਜ਼ਡੇ ਆਪਾਂ ਦੇਖਦੇ ਹਾਂ ਆਪਣੇ ਪ੍ਰੋਗਰਾਮ ਨੂੰ। ਆਪਣਾ ਖਿਆਲ ਰੱਖਣਾ, ਕਿਸੇ ਦਾ ਵੀ ਖਿਆਲ ਰੱਖਣਾ, ਕਿਸੇ ਦਾ ਖਿਆਲ ਰੱਖੋਗੇ ਨਾ ਉੱਪਰ ਵਾਲਾ ਤੁਹਾਡਾ ਖਿਆਲ ਰੱਖੇਗਾ। ਸਭ ਨੇ ਔਰ ਮੋਮੀ ਜੀ ਦਾ ਸ਼ੁਕਰੀਆ ਅਦਾ ਕਰਾਂਗੇ ਜਿਨ੍ਹਾਂ ਨੇ ਸਾਨੂੰ ਬੜਾ ਖੂਬਸੂਰਤ ਦਿਖਾਉਂਦੇ, ਅਸੀਂ ਹੈ ਨਹੀਂ ਇੰਨੇ ਖੂਬਸੂਰਤ ਜਿੰਨਾ ਦਿਖਾ ਦਿੰਦੇ ਹਾਂ। ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਾਂਗੇ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਗੁਰਦੇਵ।